पंकज बंदन पाद पंकज बंदन सिमरो अंगद दुख निकंदन अमर दास गुर हृदय त्यावो हृदय त्यावो श्री गुरु राम दास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत पर काशक श्री हर राय नमो कर जोरी नमो कर जोरी श्री हर कृष्ण मनाय बहोरी तेग बहादुर परम कृपाला सतगुर परम कृपाला श्री गुरु गोविंद सिंह बिसारा तरा पर पुन पुन सीसा जी पुन पुन सीसा बंदो बार बार जगदीश शूदर शाप अपनी देह लाए मुंडे शीस मंत्र ने फलाए बरनी सिद्ध न किस की होए अनेक उपाय करह जे कोई वाहिगुरु जी का खालसा वाहिगुरु जी की फतह साहिब सतगुरु श्री गुरु ग्रंथ साहिब जियां दी पावन पवित्र हजूरी दा आनंद माण रही गुरु की संगत धन गरीब नवाज गुरु गोबिंद सिंह महाराज जी का इतिहास आपां सरवण कर रहे हाँ संगतां ने सिखां ने महाराज साहब जिया नूं एक सवाल किया कहन लगे सतगुरु जी ये केस कटाउण दी जिहड़ी पिरत है ये कित्थों चली है केस लोक क्यों कटाउंदे ने उहदा कारण की है इतिहास दे विच कई ऐसियां गवाहियां मिलदियां साखियां ग्रंथकारां ने लिखियां जिन्हां तों इह बचन सिद्ध हुंदा है भी इह केस कटण दी जिहड़ी प्रथा चली है इक रवाज चल पिया पहला पैर इस नूं इक सज़ा समझिया जांदा हौली हौली उह सज़ा जिहड़ी है उह इक फैशन बन गई सतगुरां नूं पुछिया कि महाराज ये कारण किस तरह बनिया है ते इतिहास दे विच एक साखी आउंदी है भी एक नंद राम दा नंद नाम दा एक राजा होया पहले समय दे अंदर
ਅਤੇ ਉਸ ਰਾਜੇ ਨੇ ਸ਼ੂਦਰ ਰਾਜਾ ਸੀ ਅਤੇ ਆਪਣੀ ਫੌਜ ਇਕੱਠੀ ਕਰਕੇ ਉਸਨੇ ਰਾਜ ਭਾਗ ਜਿੱਤਿਆ। ਰਾਜ ਭਾਗ ਜਿੱਤਣ ਤੋਂ ਬਾਅਦ ਵਿੱਚ ਉਹਦੇ ਮਨ ਵਿੱਚ ਵਿਚਾਰ ਇਹ ਆਈ ਵੀ ਇਹ ਲੋਕ ਕਿਤੇ ਮੰਤਰਾਂ ਦੇ ਬਲ ਦੇ ਨਾਲ ਕਿਸੇ ਸਿੱਧੀ ਦੇ ਬਲ ਦੇ ਨਾਲ ਮੇਰਾ ਰਾਜ ਭਾਗ ਖੋਹ ਨਾ ਲੈਣ, ਮੇਰਾ ਰਾਜ ਕਿਤੇ ਮੇਰੇ ਹੱਥੋਂ ਜਾਂਦਾ ਨਾ ਲੱਗੇ, ਮੈਨੂੰ ਕੁਝ ਇਸ ਤਰ੍ਹਾਂ ਦਾ ਯਤਨ ਕਰਨਾ ਚਾਹੀਦਾ ਜਿਹਦੇ ਨਾਲ ਮੇਰਾ ਰਾਜ ਭਾਗ ਬਣਿਆ ਰਹੇ। ਇਤਿਹਾਸ ਆਪਾਂ ਪਿੱਛੇ ਸਰਵਣ ਕਰੇ ਆਏ, ਇਹ ਰਾਜਾ ਹੁਣ ਕੀ ਯਤਨ ਕਰੇਗਾ ਆਪਣੇ ਰਾਜ ਨੂੰ ਬਚਾਉਣ ਵਾਸਤੇ, ਕੇਸਾਂ ਦੀ ਕੀ ਮਹਾਨਤਾ ਹੈ, ਇਹ ਆਪਾਂ ਸਰਵਣ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਾਹਿਬ ਜੀ। ਦਿਜਵਰ ਵਿਦਿਆ ਜਿਤ ਕੋ ਪਰਵੀਨਾ। ਜਦੋਂ ਰਾਜੇ ਦੇ ਮਨ ਵਿੱਚ ਇਹ ਵਿਚਾਰ ਆਇਆ ਨਾ ਕਿ ਮੇਰਾ ਕੋਈ ਰਾਜ ਨਾ ਖੋ ਲਵੇ, ਮੇਰਾ ਰਾਜ ਭਾਗ ਮੇਰੀ ਗੱਦੀ ਚਲੇ ਨਾ ਜਾਵੇ ਕੋਈ ਮੰਤਰਾਂ ਦੇ ਬਲ ਦੇ ਨਾਲ ਜਾਂ ਕਿਸੇ ਸਿੱਧੀ ਦੇ ਬਲ ਦੇ ਨਾਲ, ਕਿਉਂਕਿ ਉਹਨਾਂ ਸਮਿਆਂ ਵਿੱਚ ਸਮਝਿਆ ਜਾਂਦਾ ਕਿ ਰਾਜ ਕੇਵਲ ਇੱਕ ਛਤਰੀ ਕਰ ਸਕਦਾ ਹੈ, ਛਤਰੀਆਂ ਕੋਲ ਰਾਜ ਰਹੇਗਾ, ਸ਼ੂਦਰਾਂ ਕੋਲ ਰਾਜ ਰਹਿ ਨਹੀਂ ਸਕਦਾ। ਰਾਜੇ ਨੇ ਜਿਹੜੀ ਆਪਣੀ ਚਿੰਤਾ ਆਪਣੇ ਮੰਤਰੀਆਂ ਦੇ ਨਾਲ ਸਾਂਝੀ ਕੀਤੀ ਵੀ ਮੈਨੂੰ ਇਸ ਗੱਲ ਦੀ ਚਿੰਤਾ ਹੈ ਵੀ ਰਾਜ ਕੋਈ ਖੋਹੀ ਨਾ ਲਵੇ ਮੰਤਰਾਂ ਦੇ ਨਾਲ, ਅਤੇ ਮੰਤਰੀਆਂ ਨੇ ਉਸ ਵੇਲੇ ਮਿਲ ਕੇ ਸਲਾਹ ਕਰਕੇ ਅਤੇ ਫਿਰ ਰਾਜੇ ਨੂੰ ਇੱਕ ਉਹਨਾਂ ਨੇ ਸਲਾਹ ਦਿੱਤੀ, ਕਹਿਣ ਲੱਗੇ ਵੀ ਅਸੀਂ ਸਾਰਿਆਂ ਨੇ ਵਿਚਾਰ ਕੀਤੀ ਹੈ ਅਤੇ ਤੇਰੇ ਇਸ ਸਵਾਲ ਦਾ ਇੱਕ ਅਸੀਂ ਹੱਲ ਕੱਢਿਆ ਹੈ, ਜੇ ਆਪਾਂ ਉਹ ਕਰਮ ਕਰ ਲਈਏ ਤਾਂ ਬਚ ਸਕਦੇ ਹਾਂ। ਰਾਜੇ ਨੇ ਪੁੱਛਿਆ ਵੀ ਉਹ ਕਿਹੜਾ ਕਾਰਜ ਹੈ ਜਿਸ ਦੇ ਕਰਨ ਦੇ ਨਾਲ ਬਚਿਆ ਜਾ ਸਕਦਾ, ਅਤੇ ਮੰਤਰੀਆਂ ਨੇ ਸਲਾਹ ਦਿੱਤੀ ਵੀ ਜਿੰਨੇ ਬ੍ਰਾਹਮਣ ਨੇ ਵਿੱਦਿਆ ਵਿੱਚ ਨਿਪੁੰਨ, ਜਿਨ੍ਹਾਂ ਨੇ ਵੇਦ ਸ਼ਾਸਤਰ ਦੀ ਮਰਿਆਦਾ ਪੜ੍ਹੀ ਹੈ ਜਾਂ ਜਿਨ੍ਹਾਂ ਨੇ ਵੇਦ ਸ਼ਾਸਤਰ ਪੜ੍ਹੇ ਨੇ, ਜਿਹੜੇ ਗਿਆਨ ਰੱਖਦੇ ਨੇ ਧਰਮ ਦਾ ਜਾਂ ਮੰਤਰਾਂ ਦਾ, ਜਿਨ੍ਹਾਂ ਨੂੰ ਗਿਆਨ ਹੈ, ਜਿੰਨੇ ਵੀ ਐਸੇ ਬ੍ਰਾਹਮਣ ਨੇ ਜਾਂ ਧਾਰਮਿਕ ਲੋਕ ਨੇ, ਇਹਨਾਂ ਸਾਰਿਆਂ ਨੂੰ ਉਸ ਵੇਲੇ ਸਭ ਕੋ ਕੀਜਾ ਕੇਸ਼ ਬਹੀਨਾ ਤੂੰ ਹੁਕਮ ਦੇ, ਕਿਉਂਕਿ ਤੂੰ ਰਾਜਾ ਹੈ, ਤੇਰੇ ਕੋਲ ਫੌਜ ਹੈ, ਤੇਰੇ ਕੋਲ ਤਾਕਤ ਹੈ। ਜਿਹੜੇ ਲੋਕ ਮੰਤਰਾਂ ਦਾ ਗਿਆਨ ਰੱਖਦੇ ਨੇ, ਮੰਤਰਾਂ ਦੀ ਸਿੱਧੀ ਜਿਨ੍ਹਾਂ ਦੇ ਕੋਲ ਹੈ, ਉਹਨਾਂ ਸਾਰਿਆਂ ਦੇ ਕੇਸ ਕਤਲ ਕਰਨ ਦੀ, ਕੇਸ ਕੱਟਣ ਦਾ ਹੁਕਮ ਦੇ ਦੇ, ਕਿਉਂਕਿ ਜਿੰਨਾ ਚਿਰ ਕੇਸ ਨੇ ਉਨਾ ਚਿਰ ਇਹਨਾਂ ਦੇ ਮੰਤਰਾਂ ਦਾ ਬਲ ਚੱਲੇਗਾ, ਮੰਤਰਾਂ ਦਾ ਜ਼ੋਰ ਉਨਾ ਚਿਰ ਚੱਲੇਗਾ ਜਿੰਨਾ ਚਿਰ ਕੇਸ ਨੇ, ਕੇਸਾਂ ਨਾਲ ਮੰਤਰ ਸਿੱਧ ਹੋਵੇਗਾ। ਜੇ ਆਪਾਂ ਇਹਨਾਂ ਸਾਰਿਆਂ ਦੇ ਕੇਸ ਹੀ ਕਤਲ ਕਰਵਾ ਦਈਏ, ਫਿਰ ਭਾਵੇਂ ਜਿੰਨੇ ਮਰਜ਼ੀ ਮੰਤਰ ਪੜ੍ਹਦੇ ਰਹਿਣ, ਇਹਨਾਂ ਦੇ ਹੱਥ ਵਿੱਚ ਨਾ ਕੋਈ ਸਿੱਧੀ ਆਉਣੀ ਹੈ ਅਤੇ ਨਾ ਹੀ ਕੋਈ ਇਹਨਾਂ ਦਾ ਮੰਤਰ ਕੰਮ ਕਰਨਾ। ਆਪਣੇ ਵਾਸਤੇ ਕੰਮ ਕੋਈ ਬਹੁਤਾ ਔਖਾ ਨਹੀਂ, ਆਪਣੇ ਕੋਲ ਰਾਜ ਭਾਗ ਹੈ, ਸਰਕਾਰੀ ਤੰਤਰ ਆਪਣੇ ਕੋਲ ਹੈ, ਫੌਜ ਆਪਣੇ ਕੋਲ ਹੈ, ਕਾਨੂੰਨ ਆਪਣੇ ਕੋਲ ਹੈ, ਜੋ ਆਪਾਂ ਕਹਾਂਗੇ ਹੋਵੇਗਾ। ਉਹ ਮੰਤਰੀਆਂ ਨੇ ਇਸ ਤਰ੍ਹਾਂ ਆਪਣੇ ਰਾਜੇ ਨੂੰ ਸਲਾਹ ਦਿੱਤੀ ਹੈ ਵੀ ਜੇ ਤੈਨੂੰ ਡਰ ਹੈ ਨਾ ਵੀ ਕੋਈ ਬੰਦਾ ਮੰਤਰਾਂ ਦੇ ਤਾਕਤ ਨਾਲ ਕਿਸੇ ਸਿੱਧੀ ਦੇ ਬਲ ਦੇ ਨਾਲ ਤੇਰਾ ਰਾਜ ਨਾ ਖੋ ਲਵੇ, ਤਾਂ ਫਿਰ ਇਸ ਡਰ ਨੂੰ ਖਤਮ ਇਸ ਤਰ੍ਹਾਂ ਕੀਤਾ ਜਾ ਸਕਦਾ, ਜਿਹੜੇ ਲੋਕ ਮੰਤਰ ਪੜ੍ਹਨਾ ਜਾਣਦੇ ਨੇ ਜਾਂ ਜਿਹੜੇ ਲੋਕ ਧਾਰਮਿਕ ਨੇ ਉਹਨਾਂ ਦੇ ਕੇਸ ਕਤਲ ਕਰਵਾ ਦੇ, ਫਿਰ ਉਹ ਭਾਵੇਂ ਮੰਤਰ ਪੜ੍ਹਦੇ ਵੀ ਰਹਿਣ ਪਰ ਤੇਰਾ ਵਿਗਾੜ ਕੁਝ ਨਹੀਂ ਸਕਦੇ ਹਨ। ਸ਼ੂਦਰ ਛਾਪ ਆਪਣੀ ਦੇਹ ਲਾਏ, ਇਹ ਜਿਹੜੀ ਸ਼ੂਦਰ ਛਾਪ ਹੈ, ਭਾਵ ਸ਼ੂਦਰ ਛਾਪ ਕਿਹਨੂੰ ਕਿਹਾ ਜਾਂਦਾ, ਗੁਰਮੁਖੋ ਉਸਤਰੇ ਨੂੰ ਆਖਿਆ ਜਾਂਦਾ। ਉਸਤਰਾ ਕੱਲ੍ਹ ਵੀ ਆਪਾਂ ਬਚਨ ਸਰਵਣ ਕਰਦੇ ਪਏ ਸੀ ਨਾ ਵੀ ਉਸਤਰਾ ਜਿਹੜਾ ਹੈ ਸਰੀਰ ਦੇ ਸਾਰੇ ਅੰਗਾਂ 'ਤੇ ਲੱਗਦਾ ਹੈ ਅਤੇ ਉਸੇ ਉਸਤਰੇ ਨੂੰ ਮੂੰਹ 'ਤੇ ਲਾਉਣਾ, ਮੂੰਹ 'ਤੇ ਪਵਿੱਤਰ ਹੈ ਨਾ ਜਿੱਥੋਂ ਪਰਮਾਤਮਾ ਦਾ ਨਾਮ ਲਿਆ ਜਾਣਾ, ਜਿਨ੍ਹਾਂ ਨੇਤਰਾਂ ਨਾਲ ਦਰਸ਼ਨ ਹੋਣੇ, ਜਿਨ੍ਹਾਂ ਕੰਨਾਂ ਨਾਲ ਬਚਨ ਸੁਣਨੇ, ਉੱਥੇ ਉਸਤਰਾ ਗੰਦਾ ਆਪਣੇ ਮੂੰਹ ਨੂੰ ਲਾ ਕੇ ਅਤੇ ਅਪਵਿੱਤਰ ਕਰਨਾ। ਮੰਤਰੀਆਂ ਨੇ ਸਲਾਹ ਦਿੱਤੀ ਵੀ ਸਾਰਿਆਂ ਦੇ ਉਸਤਰੇ ਦੇ ਨਾਲ ਸਿਰ ਅਤੇ ਮੂੰਹ ਜਿਹੜਾ ਹੈ ਉਹ ਕੱਟ ਦੇਣਾ ਚਾਹੀਦਾ, ਮੁੰਨਣਾ ਚਾਹੀਦਾ ਹੈ। ਸੀਸ ਮੰਤਰ ਨੇ ਫਲਾਏ, ਅਤੇ ਜਦੋਂ ਇਹਨਾਂ ਦੇ ਕੇਸ ਵੱਢੇ ਗਏ, ਕੇਸ ਕਤਲ ਕੀਤੇ ਗਏ, ਅਤੇ ਫਿਰ ਇਹਨਾਂ ਦਾ ਮੰਤਰ ਕੋਈ ਨਹੀਂ ਚੱਲੇਗਾ, ਭਾਵੇਂ ਜਿੰਨਾ ਮਰਜ਼ੀ ਮੰਤਰ ਪੜ੍ਹਦੇ ਰਹਿਣ, ਜਿੰਨੇ ਮਰਜ਼ੀ ਇਹ ਜੱਗ ਕਰਦੇ ਰਹਿਣ, ਜਿੰਨੀਆਂ ਮਰਜ਼ੀ ਆਹੂਤੀਆਂ ਦਿੰਦੇ ਰਹਿਣ, ਕਿਸੇ ਵੀ ਆਹੂਤੀ ਦੇ ਨਾਲ, ਕਿਸੇ ਵੀ ਮੰਤਰ ਦੇ ਨਾਲ ਇਹ ਤੇਰਾ ਕੁਝ ਵਿਗਾੜ ਨਹੀਂ ਸਕਣਗੇ, ਅਤੇ ਫਿਰ ਆਪਣਾ ਰਾਜ ਭਾਗ ਬਣਿਆ ਰਹੇਗਾ। ਇਹ ਸਲਾਹ ਮੰਤਰੀਆਂ ਨੇ ਦਿੱਤੀ ਆਪਣੇ ਰਾਜੇ ਨੂੰ। ਰਾਜੇ ਦਾ ਨਾਮ ਹੈ ਨੰਦ ਰਾਜਾ,
ਮੰਤਰੀ ਇਸ ਤਰ੍ਹਾਂ ਸਲਾਹ ਦਿੰਦੇ ਹਨ, ਬਰਨੀ ਸਿੱਧ ਨਾ ਕਿਸਕੀ ਹੋਏ, ਫਿਰ ਇਹ ਮੰਤਰ ਪੜ੍ਹਨਗੇ ਭਾਵੇਂ ਜ਼ਰੂਰ, ਜੱਗ ਕਰਨਗੇ ਜ਼ਰੂਰ, ਤੈਨੂੰ ਸ਼ਰਾਫ ਦੇਣਗੇ ਜ਼ਰੂਰ, ਪਰ ਇਹਨਾਂ ਦਾ ਕੋਈ ਸ਼ਰਾਫ ਨਹੀਂ ਤੈਨੂੰ ਲੱਗੇਗਾ, ਕੋਈ ਮੰਤਰ ਤੇਰੇ 'ਤੇ ਅਸਰ ਨਹੀਂ ਕਰੇਗਾ। ਅਨੇਕ ਉਪਾਏ ਕਰਹਿ ਜੇ ਕੋਈ, ਭਾਵੇਂ ਕੋਈ ਬੰਦਾ ਜਿੰਨੇ ਮਰਦੀ ਯਤਨ ਕਰੇ, ਜਿਹਦੇ ਕੇਸ ਕੱਟੇ ਹੋਣਗੇ ਉਹਦਾ ਮੰਤਰ ਨਿਸਫਲ ਜਾਏਗਾ, ਕਿਉਂਕਿ ਮੰਤਰ ਪੜ੍ਹਨਾ ਉਹਦੇ ਵਾਸਤੇ ਪਹਿਲਾਂ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਜ਼ਰੂਰੀ ਹੈ, ਅਤੇ ਕੇਸ ਕਟਾਉਣੇ ਪਰਮਾਤਮਾ ਦੀ ਰਜ਼ਾ ਤੋਂ ਬਾਹਰ ਹੈ, ਇਹ ਉਸਦੀ ਰਜ਼ਾ ਵਿੱਚ ਨਹੀਂ ਆਉਂਦੇ ਪਏ, ਜਿਹਨੇ ਕਟਾ ਦਿੱਤੇ ਉਹ ਰਜ਼ਾ ਦੇ ਵਿੱਚ ਨਹੀਂ, ਰਜ਼ਾ ਤੋਂ ਬਾਹਰ ਹੀ ਹੋ ਗਿਆ। ਇਸ ਕਰਕੇ ਬਚਨ ਇਹ ਹੈ ਵੀ ਭਾਵੇਂ ਇਹ ਜਿੰਨੇ ਮਰਦੀ ਯਤਨ ਕਰਦੇ ਰਹਿਣ, ਇਹਨਾਂ ਦਾ ਯਤਨ ਫਿਰ ਕੋਈ ਕੰਮ ਨਹੀਂ ਹੋਣਾ ਹੈ। ਮਹਿ ਪੱਤ ਕੇ ਮਨ ਮਹਿ ਭਾਈ, ਜਦੋਂ ਰਾਜੇ ਨੇ ਸੁਣਿਆ ਵਜ਼ੀਰਾਂ ਦਾ ਬਚਨ, ਵਜ਼ੀਰਾਂ ਨੇ ਆਖਿਆ ਤੇਰਾ ਰਾਜ ਕਿਤੇ ਨਹੀਂ ਜਾਵੇਗਾ, ਅਤੇ ਕੋਈ ਵੀ ਬੰਦਾ ਹੈ ਨੂੰ ਆਪਣਾ ਰਾਜ ਭਾਗ ਬਚਾਉਣ ਵਾਸਤੇ ਉਹਨੂੰ ਜੋ ਕਰਨਾ ਪਵੇ ਉਹ ਕਰਦਾ, ਭਾਵੇਂ ਉਹ ਜਨਤਾ ਵਾਸਤੇ ਕਾਨੂੰਨ ਦੁੱਖ ਵਾਲਾ ਹੋਵੇ ਅਤੇ ਭਾਵੇਂ ਉਹ ਸੁੱਖ ਵਾਲਾ ਹੋਵੇ। ਰਾਜਨੀਤਿਕ ਲੋਕ ਤਾਂ ਇਹ ਵੀ ਗੱਲ ਕਹਿੰਦੇ ਨੇ ਵੀ ਆਪਣੀ ਬਾਦਸ਼ਾਹਤ ਕਾਇਮ ਰੱਖਣ ਵਾਸਤੇ ਆਪਣੇ ਪੁੱਤਰਾਂ ਤੱਕ ਨੂੰ ਵੀ ਕੁਰਬਾਨ ਕਰਨਾ ਪਵੇ ਤਾਂ ਕਰ ਦਿਓ, ਬਾਦਸ਼ਾਹਤ ਕਾਇਮ ਰਹਿਣੀ ਚਾਹੀਦੀ ਹੈ। ਅਤੇ ਔਰੰਗਜ਼ੇਬ ਦਾ ਇਤਿਹਾਸ ਆਪਾਂ ਪੜ੍ਹਿਆ ਸੁਣਿਆ ਹੀ, ਆਪਣੇ ਪਿਤਾ ਨੂੰ ਆਪ ਕਤਲ ਕਰਵਾਉਂਦਾ ਪਿਆ, ਆਪਣੇ ਭਰਾਵਾਂ ਨੂੰ ਆਪ ਮਰਵਾਇਆ, ਭਰਾਵਾਂ ਦੀ ਬਲੀ ਦੇਣੀ ਮਨਜ਼ੂਰ ਹੈ, ਬਾਪ ਦਾ ਕਤਲ ਕਰਵਾਉਣਾ ਮਨਜ਼ੂਰ ਹੈ, ਕਾਹਦੇ ਵਾਸਤੇ? ਬਾਦਸ਼ਾਹਤ ਕਾਇਮ ਰਹਿਣੀ ਚਾਹੀਦੀ ਹੈ, ਰਾਜ ਕਾਇਮ ਰਹਿਣਾ ਚਾਹੀਦਾ, ਮੈਂ ਤਖ਼ਤ 'ਤੇ ਬੈਠਾ ਰਹਾਂ। ਅਤੇ ਆਪਾਂ ਕਈ ਵਾਰੀ ਜਿਹੜੇ ਨੇਤਾ ਲੋਕ ਨੇ, ਲੀਡਰ ਲੋਕ ਨੇ, ਆਪਾਂ ਵੇਖਦੇ ਨੇ ਉਹਨਾਂ ਦੀਆਂ ਅਖਬਾਰਾਂ ਵਿੱਚ ਫੋਟੋ, ਆਪਾਂ ਆਖਦੇ ਲੈ ਇਹ ਹੈ ਕਿਸੇ ਧਰਮ ਦਾ ਅਤੇ ਚਲਾ ਦੂਜੇ ਧਰਮ ਦੇ ਵਿੱਚ ਗਿਆ। ਰਾਜਨੀਤਿਕ ਬੰਦੇ ਨੂੰ ਆਪਣੀ ਕੁਰਸੀ ਨਾਲ ਮਤਲਬ ਹੈ, ਉਹ ਕਿਤੇ ਵੀ ਜਾਵੇ ਕੁਰਸੀ ਕਾਇਮ ਰਵੇ। ਔਰੰਗਜ਼ੇਬ ਨੂੰ ਰਾਜ ਪਿਆਰਾ ਹੈ, ਭਰਾ ਪਿਆਰੇ ਨਹੀਂ, ਬਾਪ ਪਿਆਰਾ ਨਹੀਂ, ਕਤਲ ਕਰਵਾ ਦਿੱਤਾ। ਹੁਣ ਇਹ ਰਾਜੇ ਨੂੰ ਸਲਾਹ ਦਿੱਤੀ ਵਜ਼ੀਰਾਂ ਨੇ ਵੀ ਤੂੰ ਇਹ ਕੰਮ ਕਰ, ਤੇਰਾ ਰਾਜ ਕਾਇਮ ਰਹੇਗਾ, ਭਾਵੇਂ ਜਨਤਾ ਨੂੰ ਦੁੱਖ ਮਿਲੇ। ਕਹਿਣ ਲੱਗਾ ਗੱਲ ਤਾਂ ਬੜੀ ਚੰਗੀ ਹੈ, ਮੈਂ ਇਸੇ ਤਰ੍ਹਾਂ ਹੀ ਕਰਨਾ ਹੈ। ਜੈ ਕਹਿ ਤੇ ਦਿਜਲੀਏ ਬੁਲਾਈ, ਅਤੇ ਇਸ ਰਾਜੇ ਨੇ ਜਿਹੜੇ ਮੰਤਰ ਪੜ੍ਹਨ ਵਾਲੇ ਬ੍ਰਾਹਮਣ ਸਨ, ਗ੍ਰੰਥ ਪੜ੍ਹਨ ਵਾਲੇ ਸਨ, ਮੰਤਰਾਂ ਦੀ ਜਾਣਕਾਰੀ ਰੱਖਦੇ ਸਨ, ਜਿਨ੍ਹਾਂ ਨੇ ਮੰਤਰ ਸਿੱਧ ਕੀਤੇ ਸਨ, ਜਿਹੜੇ ਵੇਦ ਸ਼ਾਸਤਰਾਂ ਨੂੰ ਪੜ੍ਹਨ ਦੀ ਵਿੱਦਿਆ ਰੱਖਦੇ ਸਨ, ਸਾਰੇ ਇਸ ਨੇ ਬੁਲਾ ਲਏ। ਕਹਿਣ ਲੱਗਾ ਵੀ ਸਾਰੇ ਜਾਣੇ ਆਓ, ਮੈਂ ਤੁਹਾਨੂੰ ਇਨਾਮ ਦੇਣਾ ਚਾਹੁੰਦਾ ਹਾਂ, ਤੁਹਾਨੂੰ ਧਨ ਦੇਣਾ ਚਾਹੁੰਦਾ ਹਾਂ। ਇਨਾਮ ਦੇ ਲਾਲਚ ਵਿੱਚ, ਧਨ ਦੇ ਕਰਕੇ ਜਿੰਨੇ ਮੰਤਰ ਪੜ੍ਹਨ ਵਾਲੇ, ਮੰਤਰਾਂ ਨੂੰ ਸਿੱਧ ਕਰਨ ਵਾਲੇ, ਗ੍ਰੰਥਾਂ ਨੂੰ ਪੜ੍ਹਨ ਵਾਲੇ, ਉਹ ਸਾਰੇ ਇਹਦੇ ਕੋਲ ਇਹਦੇ ਮਹਿਲਾਂ ਵਿੱਚ ਆ ਗਏ ਹਨ। ਨਿਜ ਬਲ ਕਰਕੇ ਸਿਰ ਮੁੰਡਵਾਏ, ਜਦੋਂ ਵੇਖਿਆ ਵੀ ਸਾਰੇ ਆ ਗਏ ਨੇ, ਆਪਣੇ ਫੌਜ ਨੂੰ ਉਸੇ ਵੇਲੇ ਹੁਕਮ ਦਿੱਤਾ ਵੀ ਇਹਨਾਂ ਸਾਰਿਆਂ ਨੂੰ ਕੈਦ ਕਰੋ। ਇਹਨਾਂ ਵਿੱਚੋਂ ਛੱਡਣਾ ਉਹਨੂੰ ਹੈ ਜਿਹੜਾ ਬੰਦਾ ਇਹ ਗੱਲ ਮੰਨ ਜਾਵੇ ਕਿ ਮੈਂ ਆਪਣੇ ਕੇਸ ਲਵਾਉਣ ਵਾਸਤੇ ਤਿਆਰ ਹਾਂ, ਜਿਹੜਾ ਤਾਂ ਇਸ ਗੱਲ ਨੂੰ ਮੰਨੇਗਾ ਵੀ ਮੇਰੇ ਕੇਸ ਕੱਟ ਦਿਓ ਪਰ ਮੇਰੀ ਜਾਨ ਬਖਸ਼ ਦਿਓ, ਉਹਨੂੰ ਛੱਡ ਦੇਣਾ ਹੈ। ਜਿਹੜਾ ਨਹੀਂ ਮੰਨੇਗਾ ਉਹਦਾ ਕਤਲ ਕਰ ਦੇਣਾ ਹੈ। ਜਦੋਂ ਰਾਜੇ ਦਾ ਇਹ ਫਰਮਾਨ ਹੋਇਆ ਤਾਂ ਉਸ ਵੇਲੇ ਸਿਪਾਹੀਆਂ ਨੇ ਸਾਰਿਆਂ ਨੂੰ ਕੈਦ ਕੀਤਾ, ਅਤੇ ਫਿਰ ਸਾਰਿਆਂ ਅੱਗੇ ਸ਼ਰਤ ਇਹ ਰੱਖੀ ਗਈ ਵੀ ਜੇ ਜ਼ਿੰਦਗੀ ਚਾਹੁੰਦੇ ਹੋ ਤਾਂ ਆਪਣੇ ਕੇਸ ਕਤਲ ਕਰਵਾਓ, ਜੇ ਕੇਸ ਰੱਖਣਾ ਚਾਹੁੰਦੇ ਹੋ ਤਾਂ ਮੌਤ ਨੂੰ ਕਬੂਲ ਕਰੋ। ਉਸ ਵੇਲੇ ਰਾਜੇ ਨੇ ਇਸ ਹੁਕਮ ਦੇ ਨਾਲ ਕਹਿਣ ਲੱਗੇ ਫਿਰ ਸਮਸ ਸਮੇਤ ਕੇਸ਼ ਬਨਸਾਏ, ਸਾਰਿਆਂ ਦੇ ਕੇਸ ਕਤਲ ਕਰਵਾ ਦਿੱਤੇ, ਦਾੜੇ ਕਤਲ ਕਰਵਾ ਦਿੱਤੇ, ਨਾ ਦਾੜਾ ਰਹਿ ਗਿਆ ਨਾ ਕੇਸ ਰਹਿ ਗਏ, ਸਾਰਿਆਂ ਦੇ ਲਵਾ ਦਿੱਤੇ। ਕਿਸ ਵਾਸਤੇ? ਕਿਉਂਕਿ ਕਿਸੇ ਦਾ ਕੋਈ ਮੰਤਰ ਸਿੱਧ ਨਾ ਹੋਵੇ। ਅਤੇ ਗੁਰਮੁਖੋ, ਕੇਸ ਜਿਹੜਾ ਹੈ ਨਾ, ਕੇਸ ਸ਼ਬਦ ਇਹ ਦੋ ਅੱਖਰਾਂ ਤੋਂ ਬਣਿਆ, ਕੱਕੇ ਨੂੰ ਲਾਵਾਂ ਅਤੇ ਸੱਸਾ ਕੇਸ, ਅਤੇ ਕੱਕੇ ਨੂੰ ਲਾਵਾਂ ਤੋਂ ਭਾਵ ਹੈ ਗੁਰਮੁਖੋ ਸੀਸ ਜਾਂ ਸਾਡਾ ਸਿਰ, ਅਤੇ ਸੱਸੇ ਤੋਂ ਭਾਵ ਹੈ ਸੁੰਦਰਤਾਈ, ਕੇਸਾਂ ਦੀ ਸੁੰਦਰਤਾਈ, ਕਹਿਣ ਤੋਂ ਭਾਵ ਸਿਰ ਦੀ ਸੁੰਦਰਤਾਈ। ਕੇਸ ਤੋਂ ਭਾਵ ਇਹ ਹੈ, ਕੇ ਨਾਮ ਸਿਰ ਦਾ, ਸ ਨਾਮ ਸੁੰਦਰਤਾਈ ਦਾ, ਸਿਰ ਦੀ ਸੁੰਦਰਤਾਈ। ਜਿਵੇਂ ਪਹਿਲੇ ਸਮੇਂ ਵਿੱਚ ਰਾਜੇ ਮਹਾਰਾਜੇ ਆਪਣੇ ਸਿਰ ਦੇ ਉੱਪਰ ਸੋਨੇ ਦਾ ਮੁਕਟ ਰੱਖਿਆ ਕਰਦੇ ਸਨ, ਕਾਹਦੇ ਵਾਸਤੇ? ਆਪਣੀ ਸੁੰਦਰਤਾਈ ਵਾਸਤੇ, ਵੀ ਅਸੀਂ ਵੱਡੇ ਹਾਂ, ਲੋਕ ਸਾਨੂੰ ਸਲਾਮ ਕਰਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਕਿਹਾ, ਸਿੱਖਾ ਜਿਹੜੇ ਤੇਰੇ ਸਿਰ 'ਤੇ ਕੇਸ ਰੱਖੇ ਨੇ, ਸਮਝ ਲਾ ਵੀ ਇਹ ਰਾਜਿਆਂ ਵਾਲਾ ਮੁਕਟ ਤੇਰੇ ਸੀਸ ਦੇ ਉੱਪਰ ਤੇਰੇ ਗੁਰੂ ਨੇ ਰੱਖਿਆ। ਐਡੀ ਵੱਡੀ ਦਾਤ ਦਿੱਤੀ ਹੈ ਮਹਾਰਾਜ ਸਾਹਿਬ ਜੀਆਂ ਨੇ ਕੇਸ ਗੁਰੂ ਦੇ ਸਿੱਖ ਨੂੰ, ਤੇਰਾ ਸਤਿਕਾਰ ਵਾਸਤੇ, ਤੇਰੀ ਸੁੰਦਰਤਾਈ ਵਾਸਤੇ। ਕੇਸਾਂ ਨਾਲ ਸੁੰਦਰਤਾਈ ਹੈ,
ऐसी बख्शिश दसवें पातशाह ने अपने सिख दे उपर बख्शी है। कवियां ते सलोक बनवाए जदों उन्हां विद्वानां दे ब्राह्मणां दे ग्रंथकारां दे पढ़न वालियां दे जिन्हां दे मंत्रां दा बल सी जदों केस कटवाए ना ते उन्हां ने आख्या हुण दुनिया नूं जाके असीं की कहीए लोकां नूं की कहांगे। लोगों ने आखना भी तुसी ते धर्म दे आगू हो मंत्र पढ़ना जानते हो ग्रंथां दा तुहानूं ज्ञान तुसी केस कटवा के आ गए हो। ते राजे ने उस वेले हुक्म किया भी ग्रंथ ही इस तरह के बनाओ ग्रंथां विच सलोक लिख दिओ बना बना के भी सानू रब दा हुक्म होया सानू खुदा दा हुक्म होया सानू भगवान दा हुक्म होया सानू परमेश्वर दा हुक्म होया भी केस कटने चाहिए। इस तरह के सलोक बना के ग्रंथां विच लिख दिओ जे तुहानू कल नूं कोई कहेगा भी तुसी क्यों कटाए ते तुसी उस ग्रंथ दा पढ़ के हवाला दे देना भी आह वेखो ग्रंथ विच लिखिआ। तो गुरमुखो ग्रंथ जिवें जिवें पुराना हुंदा जांदा ना उवें उवें इतिहासक बनता जांदा उहदियां उदाहरणां देण लग पैंदे वेखो आ 100 साल पुराना ग्रंथ है तो की गल 100 साल पहला किसी कोलों गलती नहीं हो सकती नहीं ये पुराना हो गया ये गलत नहीं है अज का इंसान गलत हो गया। उस ग्रंथ दियां उदाहरणां लईआं जांदियां इन्हें आख्या कवियां नूं विद्वानां नूं मंत्र पढ़न वालियां नूं भी सोहणे सोहणे सलोक बना के ग्रंथां विच दर्ज कर दिओ जिन्हां विच ये लिखिया जावे भी केस कट लैने चाहिए। राजे का हुक्म है उसके हुक्म के मुताबिक वड्डे वड्डे विद्वान सलोक बनाउण वाले कविता बनाउण वाले उन्होंने सलोक ही उस तरह के बना दिते हैं। ग्रंथन में दए लिखाए तो बहुत सारे ग्रंथों में लिख दते जिथे जिथे मिलावट हो सकती सी जिथे जिथे उन्हों का जोर चल सकता सी उन्हां ग्रंथों के सलोक दर्ज कर दते जिन्हां विच महात्म दस्या गया भी केस कट लैने चाहिए हैं। सब जग मुंडत भए विपर जब कहन लगे भी इस तरह इस राजे दे राज दे विच जिहड़े ब्राह्मण सन उन्हां दे केस उस वेले कटे गए मिली तो सज़ा है पर हुण अपनी सज़ा नूं छुपाउण वास्ते नाल ही ग्रंथ रचे गए ग्रंथां दा हवाला दिता गया भी आह वेखो सानू रब वल्लों हुक्म होया भी इह कम कर लैणा चाहीदा। जदों इस तरह सारिया के केस कटे गए हैं भी धर्म बखानत भेदता जिन्हों के कटे गए वो आखन लग पे भी कट लैना चाहिए धर्म ही है क्योंकि जिस तरह का मैं होवगा मैं तो उस तरह की गल करांगा ना जिथों मैं कच्चा हाँ काना हाँ मैं तो आखागा भी नहीं ये कर लेना चाहिए जोड़ा परिपक् होगा वह आखेगा नहीं करना चाहिए। जदों आप ही वह कच्चे पै गए अपने केस उन्होंने कतल हो गए हूँ दुनिया में की कह भी असी जिंदगी बचाने वास्ते केस कटाए ने जान बचाउण वास्ते नहीं सानू तो रातों रात सुपने विच दर्शन होए भगवान दे जां किसे धार्मिक देवते दे जां किसे पैगंबर दे उन्हें सानू आखिया भी तुसी आ कम करो तो असी तां कीता तां असी इस तरह करदे पै। सो कहन लगे भी इस तरह के इन्होंने सलोक बना के फिर दुनिया नूं दसन लग पै भी जो असी कीता उह तुसी करो अपने आप नूं छुपाउण वास्ते जां अपनी कमी नूं छुपाउण वास्ते दूजिआं नूं कहा भी तुसी भी साडे वर्गे बण जाओ क्योंकि सारे एक राह चलणगे तो बहुतियां दी गिनती विच फिर कोई पुछेगा नहीं कहिंदे भी इस तरह करदे हन। सलोक सुनावन करे अते फिर सलोक रचे गए जिहड़ा कोई पुछदा उत्थे सलोक पढ़िया जांदा भी असी मर्जी थोड़ी करदे पए आ देखो ग्रंथां विच लिखिआ असी तां इहदे मुताबक चलदे पए। जदों किसे धार्मिक ग्रंथ दा हवाला दे देना अगला सवाल करन वाला चुप कर जांदा भी ठीक ग्रंथ विच लिखिआ भाई ते उहनां समयां विच गुरमुखो इह जिहड़ी विद्या सी ना ग्रंथ पढ़न दी केवल ब्राह्मण दे कोल सी आम बंदा विद्या नहीं सी पढ़ सकदा और धार्मिक ग्रंथ की तो खास करके नहीं पढ़ सकता जो पढ़ना जो दसना लोगों ने मन लैना भी ठीक है जो आखते प कहन लगे भी इस तरीके दे नाल लोगों नू सलोक पढ़ के सुनाउंदे हन। क्षत्री बैशन के कच हरे अते इसे तरह गुरमुखो इत्थे गल खलोती नहीं है भावें कोई क्षत्री है क्षत्रियां ते भी हुक्म लागू हो गया भी हुण भाई तुसीं भी कटाओ उहदा कारण यह भी क्षत्रियों नूं हवाला दिता गया ब्राह्मणा का भी जे ब्राह्मणा ने कटा लैन वेखो ग्रंथां विच लिखे ने ते तुसी ते दूजे नंबर ते आउंदे हो तुसी क्यों नहीं ग्रंथां दा हवाला मनदे तुसी क्यों नहीं धार्मिक ग्रंथां दी कहनी गल मनदे ते उह जिहड़े क्षत्री सन खत्री सन उन्होंने भी बचन मन्निया भी ठीक है जिहड़े धर्म नूं सेध देण वाले ब्राह्मण सन जदों ने उन्होंने ये गल मन ली है तो सानू भी मन लैनी चाहीदी है उन्हां वल वेख के क्षत्री जिहड़े सानू भी इसे कार्ज पिछे लग पए। जदों क्षत्रियों ने कार्ज किया तो फिर जिहड़े तीजे नंबर के वैश्य सन फिर उन्होंने आख्या भी ए वैशो
ਤੁਸੀਂ ਖੇਤੀ ਕਰਦੇ ਹੋ, ਤੁਸੀਂ ਦੁਕਾਨਦਾਰੀ ਕਰਦੇ, ਵਪਾਰ ਕਰਦੇ ਹੋ, ਪਰ ਧਰਮ ਇਹ ਗੱਲ ਕਹਿੰਦਾ ਵੀ ਕੇਸ ਕਟਾਉਣੇ ਚਾਹੀਦੇ ਅਤੇ ਜਾਂ ਤਾਂ ਕੰਮ ਕਾਰ ਬਹੁਤਾ ਚੱਲਦਾ। ਉਹਨਾਂ ਨੇ ਆਖਿਆ ਠੀਕ ਹੈ, ਜਦੋਂ ਦੂਜੇ ਮੰਨ ਗਿਆ ਤਾਂ ਅਸੀਂ ਵੀ ਨਾਲ ਹਾਂ। ਅਤੇ ਫਿਰ ਅੱਗੇ ਚੌਥਾ ਨੰਬਰ ਸ਼ੂਦਰਾਂ ਦਾ, ਉਹਨਾਂ ਦੇ ਉੱਪਰ ਫਿਰ ਦਬਾਅ ਪਾਇਆ ਗਿਆ ਵੀ ਤੁਸੀਂ ਵੀ ਇਹਨਾਂ ਵਰਗੇ ਬਣੋ। ਇਸ ਤਰ੍ਹਾਂ ਕਹਿਣ ਲੱਗੇ ਵੀ ਚਾਰੇ ਵਰਨ, ਭਾਵੇਂ ਖੱਤਰੀ ਹੈ, ਭਾਵੇਂ ਬ੍ਰਾਹਮਣ ਹੈ, ਭਾਵੇਂ ਸ਼ੂਦਰ ਹੈ, ਭਾਵੇਂ ਵੈਸ਼ ਹੈ, ਸਾਰਿਆਂ ਦੇ ਕੇਸ ਕੱਟਣ ਦਾ ਕਾਰਨ ਬਣਿਆ ਉਹ ਰਾਜਾ, ਜਿਹਨੂੰ ਇਹ ਡਰ ਸੀ ਵੀ ਮੇਰਾ ਰਾਜ ਕੋਈ ਮੰਤਰਾਂ ਦੀ ਤਾਕਤ ਨਾਲ ਖੋ ਨਾ ਲਵੇ, ਕਿਸੇ ਸਿੱਧੀ ਦੇ ਬਲ ਦੇ ਨਾਲ ਮੈਂ ਰਾਜ ਭਾਗ ਤੋਂ ਕਿਤੇ ਜਾਂਦਾ ਹੀ ਨਾ ਲੱਗਾ। ਇਸ ਤਰੀਕੇ ਦੇ ਨਾਲ ਉਹਦਾ ਹੁਕਮ ਸਾਰੇ ਥਾਵਾਂ 'ਤੇ ਫਿਰਿਆ ਹੈ। ਸਕਲ ਲੋਕ ਹੈ ਪਸ਼ੂ ਸਮਾਨ, ਅਤੇ ਕਹਿਣ ਲੱਗੇ ਗੁਰਮੁਖੋ ਦੁਨੀਆ ਦੀ ਬਿਰਤੀ ਤਾਂ ਪਸ਼ੂਆਂ ਵਰਗੀ ਹੈ। ਇੱਕ ਪਾਸੇ ਨੂੰ ਪਸ਼ੂ ਜਾਏਗਾ ਨਾ, ਭੇਡ ਇੱਕ ਪਾਸੇ ਨੂੰ ਜਾਂਦੀ ਹੈ ਅਤੇ ਉਹਦੇ ਮਗਰ ਸਾਰੀਆਂ ਤੁਰੀਆਂ ਜਾਣਗੀਆਂ, ਭਾਵੇਂ ਅੱਗੇ ਜਾ ਕੇ ਟੋਏ 'ਚ ਡਿੱਗੇ। ਦੁਨੀਆ ਦੀ ਬਿਰਤੀ ਵੀ ਪਸ਼ੂ ਵਾਲੀ ਹੈ, ਭਾਵੇਂ ਅਸੀਂ ਲੱਖਾਂ ਕਹੀਏ ਵੀ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਪੜ੍ਹਿਆ ਹਾਂ, ਮੈਨੂੰ ਬੜੀ ਸੰਸਾਰ ਦੀ ਸਮਝ ਹੈ, ਚੰਗੇ ਪਾਸੇ ਚੱਲਣ ਵਾਲਾ ਕੋਈ ਹੁੰਦਾ, ਮਾੜੇ ਪਾਸੇ ਚੱਲਣ ਵਾਲੇ ਸਾਰੇ ਹੀ ਹੁੰਦੇ। ਘਾਟੀ ਚੜ੍ਹਤ ਬੈਲ ਇੱਕ ਥਾਕਾ, ਕਬੀਰ ਸਾਹਿਬ ਨੇ ਲਿਖਿਆ ਨਾ, ਕਹਿਣ ਲੱਗੇ ਜਿਸ ਰਸਤੇ 'ਤੇ ਮੈਂ ਚੱਲਦਾ ਪਿਆ ਰਸਤਾ ਤਾਂ ਔਖਾ ਹੈ, ਪਰ ਜਿਹੜੇ ਪਾਸੇ ਨੂੰ ਨਹੀਂ ਕੁਝ ਪ੍ਰਾਪਤੀ ਉਹ ਰਸਤਾ ਸੌਖਾ, ਉਧਰ ਨੂੰ ਸਾਰੀ ਦੁਨੀਆ ਤੁਰੀ ਜਾਂਦੀ ਹੈ। ਮੈਂ ਜਿਹੜੇ ਪਾਸੇ ਜਾਂਦਾ ਪਿਆ ਉਹ ਰਸਤਾ ਔਖਾ, ਪਰ ਚੱਲਣਾ ਚਾਹੀਦਾ। ਹੁਣ ਚੰਗੇ ਰਸਤੇ 'ਤੇ ਕੋਈ ਕੋਈ ਚੱਲਦਾ, ਦੂਜੇ ਰਸਤੇ ਨੂੰ ਸਾਰੇ ਅਪਣਾ ਲੈਂਦੇ। ਕਹਿਣ ਲੱਗੇ ਦੁਨੀਆ ਦੀ ਬਿਰਤੀ ਤਾਂ ਪਸ਼ੂਆਂ ਵਰਗੀ ਹੈ, ਜਿੱਧਰ ਨੂੰ ਇੱਕ ਪਸ਼ੂ ਚੱਲਿਆ ਦੂਜੇ ਪਸ਼ੂ ਵੀ ਉਸਦੇ ਪਿੱਛੇ ਚੱਲਦੇ ਹਨ। ਵਿਪਰ ਚੁਗਾਵਨ ਹਾਰ ਮਹਾਨ, ਅਤੇ ਪਸ਼ੂਆਂ ਨੂੰ ਚਾਰਦਾ ਕੌਣ ਹੈ? ਪਸ਼ੂਆਂ ਨੂੰ ਚਾਰਦਾ ਚਰਵਾਹਾ, ਚਰਵਾਹੇ ਦੇ ਹੱਥ ਵਿੱਚ ਡੰਡਾ ਹੁੰਦਾ, ਜਿੱਧਰ ਨੂੰ ਡੰਡਾ ਮਾਰੇ ਪਸ਼ੂਆਂ ਨੂੰ ਉੱਧਰ ਨੂੰ ਜਾਣਾ ਪੈਂਦਾ, ਭਾਵੇਂ ਅੱਗੇ ਨਦੀ ਹੋਵੇ, ਨਾਲਾ ਹੋਵੇ, ਅਤੇ ਭਾਵੇਂ ਅੱਗੇ ਘਾਹ ਹੋਵੇ, ਅਤੇ ਭਾਵੇਂ ਬੀਆ ਬਾਣ ਹੋਵੇ, ਪਸ਼ੂ ਨੂੰ ਜਿੱਧਰ ਨੂੰ ਹੱਕਾਂਗੇ ਨਾ ਡੰਡੇ ਦੇ ਨਾਲ, ਪਸ਼ੂ ਉੱਧਰ ਨੂੰ ਚੱਲਦਾ। ਅਤੇ ਦੁਨੀਆ ਦੇ ਲੋਕ ਜਿਹੜੇ ਆਪਣੇ ਵਰਗੇ ਨੇ, ਅਸੀਂ ਵੀ ਪਸ਼ੂਆਂ ਵਰਗੇ ਹਾਂ, ਸਾਨੂੰ ਚਲਾਉਂਦਾ ਕੌਣ ਹੈ? ਸਾਨੂੰ ਚਲਾਉਂਦਾ ਧਾਰਮਿਕ ਬੰਦਾ, ਜਿਹਨੇ ਗ੍ਰੰਥ ਪੜ੍ਹਿਆ। ਹੁਣ ਧਾਰਮਿਕ ਬੰਦਾ ਜਿਵੇਂ ਕਹੇਗਾ ਨਾ ਵੀ ਗ੍ਰੰਥ ਵਿੱਚ ਇਹ ਲਿਖਿਆ, ਤਾਂ ਸਾਰੀ ਦੁਨੀਆ ਨੇ ਮੰਨ ਹੀ ਲੈਣਾ ਨਾ ਵੀ ਭਾਈ ਗ੍ਰੰਥ ਵਿੱਚ ਲਿਖਿਆ, ਫਲਾਣੇ ਪੈਗੰਬਰ ਨੇ ਲਿਖਿਆ, ਫਲਾਣੇ ਭਗਵਾਨ ਨੇ ਲਿਖਿਆ, ਫਲਾਣੇ ਰਿਸ਼ੀ ਨੇ ਲਿਖਿਆ, ਫਲਾਣੇ ਮੁਨੀ ਨੇ ਲਿਖਿਆ, ਫਲਾਣੇ ਸੰਤ ਨੇ ਲਿਖਿਆ, ਇਹ ਗ੍ਰੰਥ ਵਿੱਚ ਲਿਖਿਆ, ਮੰਨ ਲੈਣਾ ਚਾਹੀਦਾ ਹੈ। ਕਹਿਣ ਲੱਗੇ ਜਿਵੇਂ ਪਸ਼ੂਆਂ ਨੂੰ ਚਰਵਾਹਾ ਚਰਵਾਉਂਦਾ ਹੈ, ਬਾਗੀ ਚਲਵਾਉਂਦਾ ਹੈ, ਡੰਡਾ ਲੈ ਕੇ ਜਿੱਧਰ ਨੂੰ ਮਰਜ਼ੀ ਮੋੜ ਦੇਵੇ, ਦੁਨੀਆ ਦੇ ਲੋਕਾਂ ਨੂੰ ਕਿਸ ਪਾਸੇ ਲੈ ਕੇ ਜਾਣਾ, ਧਰਮ ਵਾਲੇ ਪਾਸੇ ਲੈ ਕੇ ਜਾਣਾ ਕਿ ਧਰਮ ਤੋਂ ਦੂਰ ਲੈ ਕੇ ਜਾਣਾ, ਇਹ ਧਾਰਮਿਕ ਲੋਕਾਂ ਦਾ ਕੰਮ ਹੁੰਦਾ। ਜਿਹੋ ਜਿਹੀਆਂ ਗ੍ਰੰਥ ਦੀਆਂ ਉਦਾਹਰਨਾਂ ਦਿੱਤੀਆਂ, ਉਹੋ ਜਿਹੇ ਲੋਕ ਉੱਧਰ ਨੂੰ ਚੱਲ ਪੈਣਗੇ। ਅਤੇ ਇਸੇ ਤਰ੍ਹਾਂ ਹੀ ਆਪਾਂ ਵੇਖਦੇ ਪਏ ਨਾ ਕਿ ਤੁਹਾਨੂੰ ਭਿਸ਼ਤ ਮਿਲੇਗਾ, ਤੁਹਾਨੂੰ ਖੁਦਾ ਦਾ ਨੂਰ ਮਿਲੇਗਾ, ਤੁਸੀਂ ਜਹਾਦੀ ਬਣ ਜਾਓ, ਧਾਰਮਿਕ ਪ੍ਰਚਾਰ ਕੀਤਾ ਜਾਂਦਾ ਨਾ, ਅਤੇ ਧਾਰਮਿਕ ਪ੍ਰਚਾਰ ਕਰਕੇ ਪ੍ਰੇਰਿਆ ਜਾਂਦਾ। ਪਿੱਛੇ ਜਿਹਾ ਕਸਾ ਫੜਿਆ ਨਾ, ਜਿਹਨੇ ਤਾਜ ਹੋਟਲ ਦੇ ਉੱਪਰ ਹਮਲਾ ਕੀਤਾ, ਆ ਕੇ ਸਾਰਿਆਂ ਨੇ ਇਕੱਠੇ ਹੋ ਕੇ ਅਤੇ ਪੁੱਛਗੇ ਜਦੋਂ ਕੀਤੀ ਗਈ, ਪੁੱਛਿਆ ਗਿਆ ਵੀ ਤੇਰੀ ਛੋਟੀ ਜਿਹੀ ਉਮਰ ਹੈ, ਤੂੰ ਇਸ ਪਾਸੇ ਕਿਉਂ ਆ ਗਿਆ? ਕਹਿਣ ਲੱਗਾ ਮੈਨੂੰ ਇਹ ਗੱਲ ਪੜ੍ਹਾਈ ਗਈ, ਇਹ ਗੱਲ ਸਮਝਾਈ ਗਈ, ਇਹ ਗੱਲ ਮੇਰੇ ਦਿਮਾਗ 'ਚ ਬਿਠਾਈ ਗਈ ਵੀ ਜੇ ਤੁਸੀਂ ਆਹ ਕੰਮ ਕਰੋਗੇ ਤਾਂ ਤੁਹਾਨੂੰ ਖੁਦਾ ਦਾ ਨੂਰ ਪ੍ਰਾਪਤ ਹੋਵੇਗਾ, ਤੁਹਾਨੂੰ ਭਿਸ਼ਤ ਪ੍ਰਾਪਤ ਹੋਵੇਗਾ, ਤੁਹਾਨੂੰ ਅਪਸ਼ਰਾ ਪ੍ਰਾਪਤ ਹੋਣਗੀਆਂ। ਇਹੋ ਜਿਹੀਆਂ ਗੱਲਾਂ ਸੁਣਾ ਕੇ ਪ੍ਰਭਾਵਿਤ ਕਰਕੇ ਉਸਨੂੰ ਹਮਲਾ ਕਰਨ ਵਾਸਤੇ ਪ੍ਰੇਰਿਤ ਕਰਕੇ ਅਤੇ ਹਮਲਾ ਕਰਵਾ ਲਿਆ। ਇਹ ਤਾਂ ਕੋਈ ਉਦਾਹਰਣ ਹੈ, ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਨੇ ਧਰਮ ਦੇ ਵਾਸਤੇ, ਧਰਮ ਦੀ ਦਲੀਲ ਦੇ ਕੇ ਜਿੱਥੇ ਮਰਜ਼ੀ ਵਿਅਕਤੀ ਨੂੰ ਵਰਤਿਆ ਜਾ ਸਕਦਾ ਹੈ। ਅਤੇ ਦੂਸਰੇ ਪਾਸੇ ਜੇ ਆਪਾਂ ਦੂਜੇ ਧਰਮਾਂ ਦੀ ਗੱਲ ਕਰੀਏ, ਕੋਈ ਭਗਵਾਂ ਕਰਨ ਦੇ ਮਗਰ ਲੱਗਾ ਹੈ, ਕੋਈ ਆਖਦਾ ਵੀ ਮੇਰਾ ਇਹ ਧਰਮ ਹੈ, ਕੋਈ ਆਖਦਾ ਮੇਰੀ ਇਹ ਸ਼੍ਰੇਣੀ, ਉਹ ਆਪੋ ਆਪਣਾ ਬੋਲਬਾਲਾ ਅਤੇ ਆਪਣੇ ਧਰਮ ਦੇ ਮੁਤਾਬਕ ਵਰਤਦੇ ਪਏ, ਕਿਉਂਕਿ ਧਾਰਮਿਕ ਬੰਦਿਆਂ ਦੀ ਭੀੜ ਹੁੰਦੀ ਹੈ ਅਤੇ ਭੀੜ ਦਾ ਕੋਈ ਚਿਹਰਾ ਨਹੀਂ ਹੁੰਦਾ, ਭੀੜ ਨੂੰ ਜਿੱਥੇ ਮਰਜ਼ੀ ਵਰਤ ਲਵੋ। ਦੰਗੇ ਹੁੰਦੇ ਨਾ, ਦੰਗੇ ਵਿੱਚ ਕੁਝ ਲੋਕ ਇਕੱਠੇ ਹੋ ਕੇ ਦੁਕਾਨਾਂ ਸਾੜ ਦਿੰਦੇ, ਲੋਕਾਂ ਨੂੰ ਕਤਲ ਕਰ, ਦੰਗਿਆਂ ਦਾ ਕੀ ਹੈ, ਬਾਅਦ 'ਚ ਕੀ ਪਤਾ ਕੌਣ ਕਿੱਥੋਂ ਆਇਆ, ਪਰ ਵਰਤਿਆ ਕਿਹਨੇ? ਧਾਰਮਿਕ ਬੰਦੇ ਨੇ ਵਰਤਿਆ। ਧਾਰਮਿਕ ਗ੍ਰੰਥ ਦੀਆਂ ਦਲੀਲਾਂ ਦੇ ਕੇ ਆਖਿਆ ਤੁਸੀਂ ਰੱਬ ਦੇ ਘਰੇ ਪ੍ਰਵਾਨ ਨਹੀਂ ਹੋਵੋਗੇ, ਜੇ ਰੱਬ ਦੇ ਘਰੇ ਪ੍ਰਵਾਨ ਹੋਣਾ ਚਾਹੁੰਦੇ ਹੋ ਤਾਂ ਆਹ ਕੰਮ ਕਰੋ। ਅਤੇ ਰੱਬ ਦੇ ਘਰ ਕੌਣ ਨਹੀਂ ਪ੍ਰਵਾਨ ਹੋਣਾ ਚਾਹੁੰਦਾ? ਸਾਰੇ ਹੀ ਆਪਾਂ ਚਾਹੁੰਦੇ ਹਾਂ ਵੀ ਮੈਨੂੰ ਬੜਾ ਕੁਝ ਰੱਬ ਦੇ ਘਰੋਂ ਮਿਲੇ, ਇਸ ਲਾਲਚ ਵਿੱਚ ਆ ਕੇ ਜਿਸ ਤਰ੍ਹਾਂ ਸਾਨੂੰ ਕਿਹਾ ਅਸੀਂ ਉਸ ਤਰ੍ਹਾਂ ਕਰ ਲਿਆ। ਭਾਵ ਇਹ ਹੈ ਦੁਨੀਆ ਦੇ ਲੋਕ ਤਾਂ ਪਸ਼ੂ ਸਮਾਨ ਨੇ, ਵਰਤਦਾ ਇਸ ਨੂੰ ਧਾਰਮਿਕ ਬੰਦਾ, ਗ੍ਰੰਥਾਂ ਦਾ ਹਵਾਲਾ ਦੇ ਕੇ ਜਿਵੇਂ ਪਸ਼ੂ ਨੂੰ ਡੰਡੇ ਨਾਲ ਜਿੱਧਰ ਨੂੰ ਮਰਜ਼ੀ ਮੋੜ ਲਈਏ, ਜਿੱਥੇ ਮਰਜ਼ੀ ਲੈ ਜਾਈਏ, ਇਸ ਤਰ੍ਹਾਂ ਸੰਸਾਰ ਦੇ ਲੋਕਾਂ ਨੂੰ ਧਾਰਮਿਕ ਡੰਡਾ ਵਿਖਾ ਕੇ, ਧਰਮ ਦੀ ਸ਼ਰ੍ਹਾ ਦੱਸ ਕੇ, ਧਰਮ ਦਾ ਗਿਆਨ ਕਹਿ ਕੇ, ਧਰਮ ਦੀ ਗੱਲ ਕਹਿ ਕੇ, ਧਰਮ ਦਾ ਵਾਸਤਾ ਪਾ ਕੇ,
ਜਿੱਧਰ ਨੂੰ ਮਰਜ਼ੀ ਕਿਸੇ ਨੂੰ ਲੈ ਜਾਓ, ਜਿੱਧਰ ਨੂੰ ਲਿਜਾਓਗੇ ਦੁਨੀਆ ਚੱਲ ਪਏਗੀ। ਕਹਿਣ ਲੱਗੇ ਵੀ ਇਸ ਤਰ੍ਹਾਂ ਦਾ ਦੁਨੀਆ ਦਾ ਚਿਹਰਾ ਹੈ, ਦੁਨੀਆ ਨੂੰ ਇਸ ਤਰ੍ਹਾਂ ਮੋੜਿਆ ਜਾ ਸਕਦਾ ਹੈ। ਅਠਨ ਸਲੋਕ ਲਸਟ ਕਾਹਤ ਹੈ। ਕਹਿਣ ਲੱਗੇ ਜਿਸ ਤਰ੍ਹਾਂ ਇੱਕ ਵਾਗੀ ਵੱਗ ਚਰਾਉਣ ਵਾਲਾ ਸੋਟਾ ਮਾਰ ਕੇ ਪਸ਼ੂਆਂ ਨੂੰ ਮੋੜਦਾ ਹੈ ਨਾ, ਧਾਰਮਿਕ ਬੰਦੇ ਦੇ ਕੋਲ ਸੋਟਾ ਕੀ ਹੈ? ਧਾਰਮਿਕ ਬੰਦਾ ਕਿਸੇ ਦੇ ਚਪੇੜ ਨਹੀਂ ਮਾਰਦਾ, ਪਤਾ ਵੀ ਚਪੇੜ ਮਾਰਾਂਗਾ ਤਾਂ ਮੇਰਾ ਵਿਰੋਧੀ ਹੋਵੇਗਾ। ਧਾਰਮਿਕ ਬੰਦਾ ਕੀ ਕਰਦਾ? ਧਰਮੀ ਬੰਦਾ ਕੀ ਕਰਦਾ? ਗ੍ਰੰਥ ਦੇ ਵਿੱਚੋਂ ਸਲੋਕ ਜਿਹੜੇ ਪੜ੍ਹ ਪੜ੍ਹ ਕੇ ਸੁਣਾਏ, ਇਹ ਡੰਡਾ ਮਾਰਿਆ ਉਹਨੇ। ਮੇਰੀ ਗੱਲ ਨਹੀਂ ਮੰਨਦਾ, ਨਾ ਮੰਨ, ਪਰ ਆਹ ਵੇਖ ਗ੍ਰੰਥ ਵਿੱਚ ਲਿਖਿਆ। ਹੁਣ ਤੂੰ ਗ੍ਰੰਥ ਦੀ ਗੱਲ ਵੀ ਨਹੀਂ ਮੰਨਦਾ, ਤੂੰ ਤਾਂ ਭਗਵਾਨ ਦੀ ਗੱਲ ਨਹੀਂ ਮੰਨਦਾ ਪਿਆ, ਤੂੰ ਤਾਂ ਖੁਦਾ ਦੀ ਗੱਲ ਨਹੀਂ ਮੰਨਦਾ ਪਿਆ, ਤੂੰ ਤਾਂ ਗੁਰੂ ਦੀ ਗੱਲ ਨਹੀਂ ਮੰਨਦਾ ਪਿਆ, ਤੇਰਾ ਕੀ ਹੋਵੇਗਾ? ਤੂੰ ਨਰਕਾਂ ਵਿੱਚ ਪਵੇਂਗਾ, ਤੈਨੂੰ ਸਜ਼ਾ ਮਿਲੇਗੀ। ਇਸ ਤਰ੍ਹਾਂ ਦੇ ਡਰਾਵੇ ਦੇ ਕੇ ਅਤੇ ਵਿਅਕਤੀ ਨੂੰ ਫਿਰ ਕਰਵਾਇਆ ਜਾਂਦਾ, ਨਾ ਚਾਹੇ ਤਾਂ ਵੀ ਕਰਵਾਇਆ ਜਾਂਦਾ ਹੈ। ਧਾਰਮਿਕ ਵਿਅਕਤੀ ਕਦੇ ਕਿਸੇ ਦੇ ਚਪੇੜ ਨਹੀਂ ਮਾਰਦਾ, ਪਰ ਧਰਮ ਦੇ ਸ਼ਲੋਕ ਪੜ੍ਹ ਪੜ੍ਹ ਕੇ, ਧਰਮ ਦੇ ਗ੍ਰੰਥ ਪੜ੍ਹ ਪੜ੍ਹ ਕੇ ਦਲੀਲਾਂ ਦੇ ਕੇ, ਇਹ ਦਲੀਲਾਂ ਦੇਣੀਆਂ ਧਾਰਮਿਕ ਗ੍ਰੰਥਾਂ ਦੀਆਂ, ਇਹੋ ਹੀ ਡੰਡਾ ਮਾਰਨਾ ਹੈ। ਡੰਡਾ ਮਾਰ ਕੇ ਪ੍ਰੇਰ ਲੈਂਦੇ ਵੀ ਚਲੋ ਜੋ ਅਸੀਂ ਕਹਿੰਦੇ ਆ ਕਰੋ। ਕਹਿਣ ਲੱਗੇ ਇਸ ਤਰ੍ਹਾਂ ਦੁਨੀਆ ਆਪਣੇ ਮਤਬਲ ਦਾ ਪ੍ਰਯੋਜਨ ਕੱਢਦੀ ਹੈ। ਜਿੱਤ ਕੋ ਚਾਹੇ ਚਲਾਵੇ ਤਿੱਤੇ, ਅਤੇ ਜਿੱਧਰ ਨੂੰ ਚਾਹੁਣ ਉੱਧਰ ਨੂੰ ਚਲਾ ਲੈਂਦੇ। ਧਾਰਮਿਕ ਵਿਅਕਤੀ ਹੈ, ਮੱਝਾਂ ਚਰਾਉਣ ਵਾਲਾ ਮੱਝਾਂ ਨੂੰ ਜਿੱਧਰ ਮਰਜ਼ੀ ਡੰਡੇ ਨਾਲ ਲੈ ਜਾਵੇ। ਧਾਰਮਿਕ ਬੰਦਾ ਜਿੱਧਰ ਨੂੰ ਚਾਹਵੇ ਦੁਨੀਆ ਨੂੰ ਲਿਜਾ ਸਕਦਾ ਹੈ। ਵਿਪਰਨ ਆਪਣੇ ਸਿਰ ਮੰਡਵਾਏ, ਅਤੇ ਗੁਰਮੁਖੋ ਜਦੋਂ ਧਾਰਮਿਕ ਬੰਦਿਆਂ ਕੋਲੋਂ ਹੀ ਗਲਤੀ ਹੋ ਗਈ, ਧਾਰਮਿਕ ਬੰਦਿਆਂ ਨੇ ਧਰਮ ਗ੍ਰੰਥ ਪੜ੍ਹਨ ਵਾਲਿਆਂ ਨੇ ਹੀ ਆਪਣੇ ਕੇਸ ਕਤਲ ਕਰਵਾ ਲਏ ਆਪਣੀ ਜਾਨ ਬਚਾਉਣ ਵਾਸਤੇ, ਅਤੇ ਫਿਰ ਉਹਨਾਂ ਨੇ ਦੂਜਿਆਂ ਨੂੰ ਵੀ ਆਖਿਆ, ਕਹਿਣ ਲੱਗੇ ਜੋ ਅਸੀਂ ਕੀਤਾ ਹੈ ਬੜਾ ਚੰਗਾ, ਤੁਸੀਂ ਵੀ ਕਰੋ। ਅਤੇ ਫਿਰ ਉਹਨਾਂ ਨੇ ਲੋਕਾਂ ਨੂੰ ਪ੍ਰੇਰ ਕੇ ਆਪਣੇ ਮਗਰ ਲਾ ਲਿਆ, ਇੱਕ ਦੇ ਮਗਰ ਦੂਜਾ ਲੱਗਾ, ਦੂਜੇ ਮਗਰ ਤੀਜਾ ਲੱਗਾ, ਹੌਲੀ ਹੌਲੀ ਇੰਨੇ ਚੱਲ ਪਏ ਵੀ ਵਹੀਰ ਹੀ ਚੱਲ ਪਏ। ਇਸ ਕਾਰਜ ਨੂੰ ਕਰਨ ਵਾਲਿਆਂ ਦੀ ਗਿਣਤੀ ਬਹੁਤੀ ਹੋ ਗਈ, ਬਹੁਤੇ ਲੋਕ ਇਸਾਂ ਨੂੰ ਕਤਲ ਕਰਾਉਣ ਦੇ ਵਿੱਚ ਰਾਜ਼ੀ ਹੋ ਗਏ ਹਨ। ਪਰ ਲੋਕ ਮਗ ਇਸੀ ਚਲਾਏ, ਅਤੇ ਸਾਰਿਆਂ ਨੂੰ ਆਪਣੇ ਮਗਰ ਚਲਾ ਲਿਆ, ਇੱਕ ਦੇ ਮਗਰ ਦੂਜਾ ਲੱਗੇਗਾ, ਦੂਜੇ ਮਗਰ ਤੀਜਾ ਲੱਗੇਗਾ। ਜਿਵੇਂ ਜਿਵੇਂ ਲੋਕ ਲੱਗਣਗੇ ਉਵੇਂ ਉਵੇਂ ਤੁਰ ਪੈਣਗੇ, ਇੱਕ ਦੂਜੇ ਦੇ ਮਗਰ ਲੱਗ ਲੱਗ ਕੇ ਤੁਰੇ ਜਾਂਦੇ ਤੁਰੇ ਜਾਂਦੇ। ਧਾਰਮਿਕ ਵਿਅਕਤੀ ਅੱਗੇ ਹੈ, ਅਤੇ ਜਿਹੜੇ ਮਗਰ ਆਖਾਂ ਮੰਨਣ ਵਾਲੇ ਬਚਨ ਮੰਨਣ ਵਾਲੇ ਉਹ ਮਗਰ ਤੁਰੇ ਜਾਂਦੇ। ਕਾਹਦੇ ਵਾਸਤੇ ਤੁਰੇ ਜਾਂਦੇ? ਵੀ ਧਾਰਮਿਕ ਬੰਦਾ ਸਾਨੂੰ ਚੰਗੇ ਪਾਸੇ ਲੈ ਕੇ ਜਾਵੇਗਾ, ਮਾੜੇ ਪਾਸੇ ਨਹੀਂ ਲੈ ਕੇ ਜਾਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਚੱਲਦੀ ਹਵਾ ਦੇ ਰੁੱਖ ਨੂੰ ਬਦਲਿਆ? ਨਹੀਂ, ਇਹ ਪਰਮਾਤਮਾ ਦਾ ਹੁਕਮ ਨਹੀਂ ਹੈ। ਪਰਮਾਤਮਾ ਦਾ ਹੁਕਮ ਕੀ ਹੈ? ਸਾਬਤ ਸੂਰਤ ਦਿਸਤਾਰ ਸਿਰਾ, ਇਹ ਪਰਮਾਤਮਾ ਦਾ ਹੁਕਮ ਹੈ। ਸਾਬਤ ਨੂੰ ਸੂਰਤ ਨੂੰ ਸਾਬਤ ਰੱਖ, ਪਰਮਾਤਮਾ ਦੀ ਰਜ਼ਾ ਦੇ ਵਿੱਚ ਦਖਲ ਅੰਦਾਜ਼ੀ ਨਾ ਕਰ। ਪਰਮਾਤਮਾ ਦੀ ਰਜ਼ਾ ਵਿੱਚ ਦਖਲ ਦੇਵੇਂਗਾ ਤਾਂ ਕਾਮਯਾਬ ਨਹੀਂ ਹੋਵੇਗਾ, ਰੱਬ ਨਾਰਾਜ਼ ਹੋ ਜਾਏਗਾ। ਪਰ ਜੇ ਉਹਦੇ ਹੁਕਮ ਦੇ ਵਿੱਚ ਰਹੇਗਾ ਤਾਂ ਤੈਨੂੰ ਸਰਦਾਰੀ ਮਿਲੇਗੀ। ਅਤੇ ਗੁਰਮੁਖੋ, ਜੇ ਸਿਰ 'ਤੇ ਕੇਸ ਅਤੇ ਪੱਗ ਬੱਧੀ ਹੈ ਨਾ, ਭਾਵੇਂ ਤੁਹਾਡੇ ਕੋਲ ਮਾਇਆ ਨਾ ਹੋਵੇ, ਤੁਸੀਂ ਗਰੀਬ ਹੋਵੋ, ਤੁਸੀਂ ਕਿਸੇ ਸੰਕਟ ਵਿੱਚ ਹੋਵੇ, ਤਾਂ ਵੀ ਤੁਹਾਨੂੰ ਦੁਨੀਆ ਦੇ ਲੋਕ ਹੀ ਕਹਿੰਦੇ ਸਰਦਾਰ ਦੀ ਸਤਿਕਾਰ ਮਿਲਦਾ ਨਾ। ਕਾਹਦੇ ਨਾਲ ਮਿਲਿਆ? ਕੇਸਾਂ ਨਾਲ ਹੀ ਮਿਲਿਆ, ਕਿਉਂਕਿ ਕੇਸਾਂ ਦਾ ਅਰਥ ਕੀ ਹੈ? ਸਿਰ ਦੀ ਸੁੰਦਰਤਾ ਹੀ, ਕੇਸ ਨੇ ਸਿਰ ਦਾ ਤਾਜ, ਜਿਹਦੇ ਕੋਲ ਤਾਜ ਹੈ ਉਹ ਬਾਦਸ਼ਾਹ ਹੈ, ਜਿਹੜਾ ਬਾਦਸ਼ਾਹ ਹੈ ਉਹਦਾ ਸਾਰੇ ਸਤਿਕਾਰ ਕਰਦੇ। ਮਹਾਰਾਜ ਨੇ ਸਿੱਖਾ ਤੈਨੂੰ ਬਾਦਸ਼ਾਹੀ ਬਖਸ਼ੀ, ਕੇਸ ਨਹੀਂ ਬਖਸ਼ੇ, ਬਾਦਸ਼ਾਹੀ ਬਖਸ਼ੀ। ਰਾਜੇ ਆਪਣੇ ਸਿਰ 'ਤੇ ਸੋਨੇ ਦਾ ਮੁਕਟ ਰੱਖ ਕੇ ਜਣਾਉਂਦੇ ਸਨ ਵੀ ਅਸੀਂ ਵੱਡੇ ਹਾਂ, ਸਤਿਕਾਰਯੋਗ ਹਾਂ, ਧਨ ਵਾਲੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਜਿਹੜੇ ਤੇਰੇ ਸਿਰ ਦੇ ਉੱਪਰ ਕੇਸ ਬਖਸ਼ਿਸ਼ ਕੀਤੇ ਨਾ, ਇਹ ਤੇਰੇ ਸਿਰ 'ਤੇ ਮੁਕਟ ਰੱਖਿਆ ਮਹਾਰਾਜ ਨੇ। ਤੂੰ ਸਾਰਿਆਂ ਵਿੱਚ ਸਤਿਕਾਰਯੋਗ ਹੈ, ਸਾਰੀ ਦੁਨੀਆ ਤੇਰੇ ਅੱਗੇ ਨਿਉਂਦੀ ਹੈ, ਐਸੀ ਦਾਤ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਅਤੇ ਗੁਰਮੁਖੋ, ਕੇਸ ਜਿਹੜੇ ਨੇ ਉਹ ਸਾਡੀ ਮਰਦਾਨਗੀ ਦੀ ਨਿਸ਼ਾਨੀ ਨੇ, ਮਰਦ ਪੁਣੇ ਦੀ ਨਿਸ਼ਾਨੀ ਨੇ, ਇਹ ਫਰਕ ਰੱਖਦੇ ਨੇ ਸਰੀਰਾਂ ਦਾ। ਐਸੀ ਦਾਤ ਪਰ ਅਸੀਂ ਉਹ ਚੀਜ਼ ਬੰਨਣਾ ਨਹੀਂ ਚਾਹੁੰਦੇ, ਅਸੀਂ ਉਹਦੇ ਵਿੱਚ ਡੁੱਬਦੇ ਜਾਂਦੇ ਹਾਂ, ਉਹਦੇ ਵਿੱਚ ਪੈਂਦੇ ਜਾਂਦੇ। ਨਿਰਾਹਾਰੀ ਕੇਸਵ ਨਿਰਵੈਰਾ, ਮਹਾਰਾਜ ਕਹਿਣ ਲੱਗੇ ਉਹ ਜਿਹੜਾ ਪਰਮਾਤਮਾ ਹੈ ਉਹ ਕੇਸ਼ਵ ਹੈ, ਕੇਸ਼ਵ ਤੋਂ ਭਾਵ ਕੇਸਾਂ ਵਾਲਾ ਹੈ, ਕੇਸਾਂ ਵਾਲਾ ਹੈ ਉਹ ਪਰਮਾਤਮਾ ਦਾ ਵਰਣਨ ਕੀਤਾ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ। ਉਹ ਪਰਮਾਤਮਾ ਐਸਾ ਹੈ, ਸੋਹਣੇ ਨੱਕ ਲੰਬੜੇ ਵਾਲ, ਜਿਹਦਾ ਨੱਕ ਬੜਾ ਸੁੰਦਰ ਹੈ, ਜਿਹਦੇ ਵਾਲ ਬੜੇ ਸੁੰਦਰ ਨੇ, ਐਸਾ ਉਹ ਪਰਮਾਤਮਾ ਹੈ। ਅਤੇ ਗੁਰਮੁਖੋ, ਦੁਨੀਆਂ ਦੇ ਵਿੱਚ ਜਿੰਨੇ ਵੀ ਰਿਸ਼ੀ ਹੋਏ, ਮੁਨੀ ਹੋਏ, ਸਾਧੂ ਹੋਏ, ਸੰਤ ਹੋਏ, ਕਿਸੇ ਦੇ ਸਿਰ 'ਤੇ ਜਟਾ ਨੇ, ਕਿਸੇ ਦੇ ਸਿਰ 'ਤੇ ਕੇਸ ਨੇ,
क्यों रखे उन्होंने केस, क्यों रखिया जटा, क्योंकि उन्होंने केसां दे महात्म का पता है। कबीर केसो केसो कूकिया ना सोइए आसार, रात दिवस के कूकने कबहू के सुने पुकार पुकार। कबीर साहब जी कहन लगे उस रब नू कहिए केसो केसो, केसो तो भाव केसा वाला, केसा वाला उसनू याद करिए, उदा नाम ही केसा वाला, क्योंकि उदे सुंदर केस ने। हुण भगत कबीर साहब की बाणी का बचन गुरु ग्रंथ साहब दे विच है, गुरु ग्रंथ साहब का बचन तो मनना ही होवेगा। कबीर केसो केसो कूकिया ना सोइए आसार, रात दिवस के कूकने, रात भी पुकार करेगा, दिने भी पुकार करेगा, जदों उहदे अगे पुकारा करेगा ना, अज नहीं सुनेगा तो कल, कल नहीं सुनेगा तो परसों, कबहे तां सुने पुकार, कदे ते तेरी फरियाद सुनेगा ना, पर सुनेगा तां जे उहदे हुक्म दे विच रहेगा, जे हुक्म तो बाहर जावेगा फिर नहीं सुनेगा। सतगुरु पातशाह महाराज साहब दियां ने बचन किते, टहल करो तेरे दास की पग झारो बाल, बचन पढ़ते हैं ना महाराज, तेरे सेवकां दी संतां दी टहल करा, किवें करा, अपने बालां दे नाल केसां दे नाल तेरे संतां दे चरणां नूं झाड़ा तां कि मैं सफला हो जावां, ते तां ही झाड़ा ना, जे हुण जे सिर दे उपर मम्मा दा पौला फराया तो उस तरह लाया तो फिर तुरी झाड़ेगा, फिर तो आपकी टेंट के उपरों मक्खी उड़ा लिया तो इन्नी बड़ी गल है, फिर थोड़ी झाड़ सकता हो। महाराज कहन लगे कि संग दास पग झारो, यह मनोरथ मोर, ये मेरा मनोरथ, ये मेरी इच्छा है कि परमात्मा मैं अपने केसा नाल तेरे साधुओं की संतां की सेवा कर सकां, पर होवेगा तां ना जे केस होणगे, जे होए ही नहीं तो फिर। बाबा श्री चंद वर्गिया ने, धन गुरु नानक देव महाराज जिया के वड्डे पुत्र ने, बाबा श्री चंद गुरु रामदास पातशाह महाराज के दर्शनों आए, दर्शन करके महाराज साहब जिया के मथा टेक के कोल बैठे, वचन बिलास किए। बाबा श्री चंद जी ने सवाल किया, कहन लगा धन गुरु रामदास पातशाह महाराज साहब जी, आप जी का दाड़ा बड़ा सुंदर है, बड़े केस लम्मे ने, इन्ना लम्मा दाड़ा किस वास्ते वधाया है? सवाल है ना, तर्क है ना, ये भी सतगुरु की कहणगे। धन गुरु रामदास महाराज साहब जिया ने बाबा श्री चंद जी का बचन सुन के अपने दाड़े दे केसा नू अपने हथां विच फड़ के ते बड़े प्यार दे नाल आख्या, कहन लगे बाबा श्री चंद जी तुहाडे वर्गे महापुरखां दे चरण झाड़न वास्ते। सत श्री अकाल। तुहाडे वर्गे जिहड़े महापुरख ने रब दा नाम लैण वाले, असीं उहनां दे चरण झाड़न वास्ते बैठे हां। ते जदों इह वचन कीता ना गुरु रामदास पातशाह ने, बाबा श्री चंद जी ने आख्या, कहन लगे गुरु रामदास पातशाह जी, इन्हां वचनां दी कमाई करके तुसीं अज इस तख्त दे उपर बैठे हो, बैठा सोढ़ी पातशाह रामदास सतगुरु, इन्हां बचना करके तुसीं बैठे हो, असीं इन्हां बचना तो दूर हो गए, इस करके तख्त तो वांझे हो गए। एक बारी आखिए सतनाम। ये महानता है केसां दी जो गुरु पातशाह ने बख्शी है। गुरु नानक देव महाराज जी जदों मक्के गए ना, तो इत्थे एक पीर है, पीर दा नाम है, बड़ा पहुंचया होया पीर है, तो गुरु नानक देव पातशाह दे नाल सवाल जवाब करना चाहुंदा। आखे पीर बहायो दीन सुनहो नानक शाहे, बहायो दीन इस पीर दा नाम सी, जदों गुरु नानक साहब पातशाह गए ना मक्के दी यात्रा नूं, ते इहने सवाल कीता, कहन लगा गुरु नानक देव जी मेरा एक सवाल है तुहाडे ताईं, तुसीं धार्मिक व्यक्ति हो, मेरे सवाल दा जवाब दिओ। तो गुरु नानक देव पातशाह महाराज ने आख्या भी पीर जी पुछो की सवाल है, हिंदू मुसलमान दोए दिते नी मुढ़ों उठाए, तुसी ना हिंदुआं दी गल करदे हो ना मुसलमानां दी गल करदे हो, दोनों नू खारज कर दिता, परे कर दिता, कारण की है, इन्हां दोहां विचों चंगा कौन है, तुसी इन्हां नू पासे क्यों कीता है? ते गुरु नानक देव महाराज साहब जिया ने उस बहायो दीन नाम का जिहड़ा पीर है ना, उहदा सवाल सुन के महाराज कहन लगे, आखी नानक शाह सच सुनो बहायो दीन पीर, ऐ बहायो दीन पीर सुन, सच्चा बचन तैनू कहिंदे आ, साडा बचन झूठा नहीं होवेगा, कच्चा नहीं होवेगा, तेरे मूँह ते बचन आखदे आ, असीं इहनां नू तां पासे करके
ਉਹਦਾ ਇੱਕ ਕਾਰਨ ਹੈ, ਪਾਸੇ ਕਰਨ ਦਾ ਕਾਰਨ ਇਹ ਹੈ, ਹਿੰਦੂ ਮੁਸਲਮਾਨ ਦੋਏ ਸਿਰ ਗੁੰਮ ਥੀਏ ਜਹੀਰ, ਦੋਨਾਂ ਨੇ ਆਪਣੇ ਵਾਲ ਕਟਾ ਦਿੱਤੇ। ਹਿੰਦੂ ਵੀ ਆਪਣੇ ਕੇਸ ਕਟਾਉਂਦਾ ਪਿਆ, ਮੁਸਲਮਾਨ ਵੀ ਆਪਣੇ ਕੇਸ ਕਟਾਉਂਦਾ ਪਿਆ, ਦੋਨੇ ਹੀ ਰੱਬ ਦੀ ਰਜ਼ਾ ਤੋਂ ਪਰੇ ਹੋ ਗਏ। ਪਰਮਾਤਮਾ ਦੀ ਰਜ਼ਾ ਇਹ ਨਹੀਂ ਸੀ ਜੋ ਇਹਨਾਂ ਨੇ ਕਰ ਦਿੱਤਾ ਹੈ। ਜੇ ਪਰਮਾਤਮਾ ਦੀ ਰਜ਼ਾ ਇਹ ਹੁੰਦੀ ਤਾਂ ਜਿੰਨੇ ਹਿੰਦੂ ਧਾਰਮਿਕ ਪੈਗੰਬਰ ਹੋਏ ਜਾਂ ਕਹਿ ਲਈਏ ਆਪਾਂ ਰਿਖੀ ਹੋਏ, ਮੁਨੀ ਹੋਏ, ਸੰਤ ਹੋਏ, ਜੰਗਲਾਂ ਵਿੱਚ ਰਹਿਣ ਵਾਲੇ ਹੋਏ ਜਾਂ ਭਗਵਾਨ ਹੋਏ, ਤਾਂ ਕੋਈ ਦੱਸ ਸਕਦਾ ਹੈ ਵੀ ਕਿਸੇ ਨੇ ਆਪਣੇ ਕੇਸ ਕਟਾਏ ਹੋਣ? ਜੇ ਉਹਨਾਂ ਨੇ ਨਹੀਂ ਕਟਾਏ, ਉਹਦਾ ਕਾਰਨ ਇਹ ਹੈ ਵੀ ਕੇਸਾਂ ਦੀ ਲੋੜ ਹੈ ਤਾਂ ਨਹੀਂ ਕਟਾਏ। ਅਤੇ ਫਿਰ ਉਹਨਾਂ ਧਾਰਮਿਕ ਵਿਅਕਤੀਆਂ ਦਾ ਅੱਗੇ ਜਿਹੜਾ ਪ੍ਰਚਾਰ ਹੋਇਆ, ਮਤ ਚੱਲੇ, ਫਿਰ ਉਹ ਕਿਸ ਦੇ ਕਹਿਣ ਦੇ ਉੱਪਰ ਕਟਾਉਂਦੇ ਪਏ? ਇਹਦਾ ਮਤਲਬ ਇਹ ਹੈ ਵੀ ਆਪਣੇ ਧਾਰਮਿਕ ਆਗੂਆਂ ਦਾ ਵਚਨ ਮੰਨਣ ਵਿੱਚ ਕਾਮਯਾਬ ਨਹੀਂ ਹੋਇਆ। ਅਤੇ ਦੂਸਰੇ ਪਾਸੇ ਜੇ ਮੁਸਲਮਾਨਾਂ ਦੀ ਗੱਲ ਕਰੀਏ, ਕਹਿਣ ਲੱਗੇ ਕਿਸ ਪੈਗੰਬਰ ਨੇ, ਕਿਸ ਪੀਰ ਨੇ ਆਪਣੇ ਕੇਸ ਕਟਾਏ ਨੇ? ਜੇ ਕਿਸੇ ਨੇ ਨਹੀਂ ਕਟਾਏ ਤਾਂ ਫਿਰ ਮੁਸਲਮਾਨ ਉਹਨਾਂ ਨੂੰ ਮੰਨਣ ਵਾਲੇ ਕਿਉਂ ਕਟਾਉਂਦੇ ਪਏ? ਇਹ ਵੀ ਕੱਚੇ ਨੇ, ਇਹ ਆਪਣੇ ਧਰਮ ਦੇ ਧਾਰਮਿਕ ਵਿਅਕਤੀਆਂ ਦੇ ਕਹਿਣੇ ਵਿੱਚ ਨਹੀਂ ਚੱਲੇ, ਅਤੇ ਅਸੀਂ ਇਹਨਾਂ ਨੂੰ ਤਾਂ ਪਿੱਛੇ ਕੀਤਾ, ਤਾਂ ਨਹੀਂ ਅਪਣਾਇਆ। ਸਾਡਾ ਕੋਈ ਜਾਤੀ ਤੌਰ 'ਤੇ ਇਹਨਾਂ ਨਾਲ ਵੈਰ ਨਹੀਂ ਹੈ, ਪਰ ਇਹ ਪਰਮੇਸ਼ੁਰ ਦੇ ਹੁਕਮ ਦੇ ਮੰਨਣ ਤੋਂ ਬਾਗੀ ਹੋ ਗਿਆ। ਜਿਹੜਾ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਦਾ, ਉਹਦੇ ਨਾਲ ਸਾਡਾ ਵਾਹ ਵਾਸਤਾ ਨਹੀਂ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਬਾਝੋਂ ਰਾਹ ਸ਼ਰੀਅਤ ਕਦੇ ਨਾ ਹੋਵੇ ਪਾਕ। ਹੁਣ ਬਹਾਇਓ ਦੀਨ ਪੀਰ ਬੜਾ, ਉਹਨੇ ਅੱਗੋਂ ਫਿਰ ਜਵਾਬ ਦਿੱਤਾ, ਕਹਿਣ ਲੱਗਾ ਮਹਾਰਾਜ ਇਹ ਤੁਹਾਡੀਆਂ ਗੱਲਾਂ 'ਤੇ ਐਵੇਂ ਹੀ, ਸਾਡੀ ਰਮਜ ਇਹ ਹੈ, ਵਿਚਾਰ ਇਹ ਹੈ ਵੀ ਜੇ ਬੰਦਾ ਸ਼ਰ੍ਹਾਂ ਵਿੱਚ ਨਹੀਂ ਪੱਕਾ ਤਾਂ ਉਹ ਕਦੇ ਪਵਿੱਤਰ ਨਹੀਂ ਹੋ ਸਕਦਾ। ਬੰਦਾ ਸ਼ਰ੍ਹਾਂ ਵਿੱਚ ਪੱਕਾ ਹੋਵੇਗਾ ਤਾਂ ਪਵਿੱਤਰ ਮੰਨਿਆ ਜਾਂਦਾ। ਬਾਝੋਂ ਰਾਹ ਸ਼ਰੀਅਤ, ਜੇ ਸ਼ਰੀਅਤ ਦੇ ਵਿੱਚ ਨਹੀਂ ਤਾਂ ਫਿਰ ਉਹ ਪਵਿੱਤਰ ਨਹੀਂ ਹੈ, ਜੇ ਸ਼ਰੀਅਤ ਦੇ ਵਿੱਚ ਹੈ ਫਿਰ ਉਹ ਪਵਿੱਤਰ ਮੰਨਿਆ ਜਾਂਦਾ ਹੈ। ਬਾਝੋਂ ਸੁੰਨਤ ਆਦਮੀ ਦਰਗਹਿ ਲੈ ਨਾ ਢੋਏ। ਜਿੰਨਾ ਚਿਰ ਉਹ ਸੁੰਨਤ ਨਹੀਂ ਨਾ ਕਰਾਉਂਦਾ, ਇਸਲਾਮ ਧਰਮ ਇਹ ਗੱਲ ਕਹਿੰਦਾ ਵੀ ਉਸ ਨੂੰ ਭਿਸਤਾਂ ਵਿੱਚ ਢੋਈ ਨਹੀਂ ਮਿਲੇਗੀ। ਬਹਾਇਓ ਦੀਨ ਪੀਰ ਨੇ ਇਹ ਸਵਾਲ ਫਿਰ ਗੁਰੂ ਨਾਨਕ ਸਾਹਿਬ ਦੇ ਅੱਗੇ ਕੀਤਾ, ਅਸੀਂ ਸ਼ਰੀਅਤ ਨੂੰ ਮੰਨਦੇ ਹਾਂ, ਅਸੀਂ ਸੁੰਨਤ ਨੂੰ ਮੰਨਦੇ ਹਾਂ, ਜਿਹੜਾ ਬੰਦਾ ਇਹ ਦੋ ਕੰਮ ਕਰਦਾ ਹੈ ਉਹ ਭਿਸਤਾਂ 'ਤੇ ਜਾਏਗਾ, ਜਿਹੜਾ ਨਹੀਂ ਕਰਦਾ ਉਹ ਤਾਂ ਫਿਰ ਨਰਕਾਂ ਦੀ ਅੱਗ ਦੇ ਵਿੱਚ, ਦੋਜਕਾਂ ਦੀ ਅੱਗ ਵਿੱਚ ਪਏਗਾ। ਇਹ ਬਚਨ ਆਖਿਆ ਅਤੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ, ਸੱਚੀ ਸੁੰਨਤ ਰੱਬ ਦੀ ਮੂਹੇ ਲੈ ਆਇਆ ਨਾਲ। ਉਹ ਬੰਦਿਆ, ਸੱਚੀ ਸੁੰਨਤ ਇਹ ਹੈ ਜਿਹੜੇ ਤੂੰ ਕੇਸ ਆਪਣੇ ਨਾਲ ਲੈ ਕੇ ਦੁਨੀਆ 'ਤੇ ਆਇਆ। ਕੇਸ ਨਾਲ ਹੀ ਆਇਆ ਨਾ ਜਦੋਂ ਅਸੀਂ ਜਨਮ ਲਿਆ, ਜਿਵੇਂ ਜਿਵੇਂ ਵੱਡੇ ਹੋਏ ਕੇਸ ਵੀ ਵੱਧ ਗਏ। ਮਹਾਰਾਜ ਕਹਿਣ ਲੱਗੇ, ਸੱਚੀ ਸੁੰਨਤ ਤਾਂ ਇਹ ਸੀ ਜਿਹੜੇ ਰੱਬ ਨੇ ਕੇਸ ਦਿੱਤੇ, ਅਤੇ ਰੱਬ ਦੇ ਦਿੱਤੇ ਹੋਏ ਕੇਸ ਕਟਾ ਕੇ ਆਖਦਾ ਮੈਂ ਤਾਂ ਸੁੰਨਤ ਕਰ ਲਈ ਹੈ, ਮੈਂ ਤਾਂ ਲਬਾ ਕਟਾ ਲਈਆਂ, ਇਹ ਤਾਂ ਬੇਈਮਾਨੀ ਕੀਤੀ ਹੈ। ਜੋ ਰੱਖੇ ਮੂਹੇ ਅਮਾਨਤੀ, ਸੋ ਖਾਸਾ ਬੰਦਾ ਘਾਲ। ਜਿਸਨੇ ਪਰਮਾਤਮਾ ਦੀ ਅਮਾਨਤ ਰੱਖ ਲਈ ਹੈ ਨਾ, ਕੇਸ ਰੱਖ ਲੈ, ਉਹ ਬੰਦਾ ਖਾਸ ਹੈ, ਉਹ ਪਰਮਾਤਮਾ ਦੇ ਨੇੜੇ ਹੈ। ਬਹਾਇਓ ਦੀਨ ਪੀਰ ਨੂੰ ਮਹਾਰਾਜ ਜਵਾਬ ਦਿੰਦੇ ਪਏ। ਫਿਰ ਗਿਆ ਦਰਗਾਹ ਵਿੱਚ, ਅੱਗੇ ਰੱਖ ਨਿਸ਼ਾਨ। ਜਦੋਂ ਬੰਦਾ ਦਰਗਾਹ ਵਿੱਚ ਜਾਏਗਾ ਉਹਦੇ ਅੱਗੇ ਕੀ ਨਿਸ਼ਾਨੀ ਰੱਖੇਗਾ? ਪਰਮਾਤਮਾ ਤੂੰ ਮੈਨੂੰ ਕੀ ਬਣਾ ਕੇ ਭੇਜਿਆ ਅਤੇ ਮੈਂ ਕੀ ਬਣ ਕੇ ਆਇਆ? ਕੀ ਨਿਸ਼ਾਨੀ ਰੱਖੇਗਾ? ਨਿਸ਼ਾਨੀ ਤਾਂ ਹੀ ਰੱਖੇਗਾ ਨਾ ਜੇ ਉਹਦੀ ਬਚਾ ਕੇ ਨਿਸ਼ਾਨੀ ਲੈ ਕੇ ਜਾਏਗਾ, ਜੇ ਬਚਾਈ ਨਹੀਂ ਹੈ ਤਾਂ ਫਿਰ ਵਿਖਾਵੇਗਾ ਕੀ? ਹੋਰ ਦਰਗਾਹ ਢੋਈ ਨਾ ਲਹਿਣ ਜੋ ਰਾਣੇ ਸ਼ੈਤਾਨ। ਹੋਰ ਦਰਗਾਹ ਵਿੱਚ ਢੋਈ ਨਹੀਂ ਮਿਲੇਗੀ, ਸ਼ੈਤਾਨਾਂ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ। ਜਿਹੜਾ ਸ਼ੈਤਾਨ ਹੈ, ਅਵਲ ਸੁੰਨਤ ਮੂਹੇ ਹੋ ਸਿਰ 'ਤੇ ਰੱਖੇ ਜੋਏ। ਸਭ ਤੋਂ ਵੱਡੀ ਸੁੰਨਤ ਇਹ ਹੈ ਜਿਹੜਾ ਸਿਰ ਦੇ ਕੇਸ ਰੱਖਣੇ, ਇਹਦੇ ਵਰਗੀ ਸੁੰਨਤ ਕੋਈ ਨਹੀਂ ਹੋ ਸਕਦੀ। ਪਾਵੈ ਮਰਾਤਵ ਸੈਯਦੀ ਵੱਡਾ ਰਖੀਸਰ ਹੋਏ। ਰੱਖੇ ਮੂਹੇ ਹਲਾਲ ਖਾਏ, ਨਿਕਟ ਹਰਾਮ ਨਾ ਜਾਏ। ਸਭ ਜਹਾਨ ਦੀ ਕੀ ਚੱਲੇ ਤਿਸ 'ਤੇ ਡਰੈ ਖੁਦਾਏ। ਜਿਹੜਾ ਕੇਸ ਰੱਖਦਾ ਨਾ ਅਤੇ ਰੱਬ ਦਾ ਨਾਂ ਲੈਂਦਾ, ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਉਹਦਾ ਹੁਕਮ ਪੂਰੀ ਦੁਨੀਆ 'ਤੇ ਚੱਲਦਾ ਹੈ। ਜਿੰਨੇ ਕੇਸ ਰੱਖੇ ਹੋਏ ਨੇ ਖੁਦਾ ਵੀ ਉਸ ਦਾ ਭੈ ਖਾਂਦਾ ਹੈ। ਵੇਖੋ ਖੁਦਾ ਕਿੱਡੀ ਵੱਡੀ ਤਾਕਤ ਹੈ, ਗੋਡ ਕਿੱਡੀ ਵੱਡੀ ਤਾਕਤ ਹੈ, ਈਸ਼ਵਰ ਨੂੰ ਵੱਡੀ ਤਾਕਤ ਆਖਦੇ। ਪਰ ਜਿਸ ਬੰਦੇ ਨੇ ਕੇਸ ਰੱਖੇ ਨੇ ਉਹਦੇ ਬਚਨਾਂ ਤੋਂ ਤਾਂ ਉਹ ਈਸ਼ਵਰ ਵੀ ਭੈ ਮੰਨਦਾ ਹੈ ਵੀ ਇਹਨੇ ਇਹ ਮੇਰੇ ਹੁਕਮ ਦੇ ਵਿੱਚ ਰਿਹਾ ਹੈ,
ਇਹਦੀ ਗੱਲ ਨੂੰ ਮੈਂ ਨਹੀਂ ਮੋੜਨਾ ਕਿਉਂਕਿ ਇਹਨੇ ਮੇਰੀ ਗੱਲ ਨਹੀਂ ਮੋੜੀ ਹੈ। ਇੱਕ ਵਾਰੀ ਆਖੀਏ ਸਤਨਾਮ, ਇਹ ਕੇਸਾਂ ਦੀ ਮਹਾਨਤਾ। ਬਹਾਉਦੀਨ ਪੀਰ ਨੂੰ ਮਹਾਰਾਜ ਕਹਿੰਦੇ ਪਏ, ਕਹਿੰਦੇ ਭਾਈ ਇਹ ਤੈਨੂੰ ਦਾਤ ਅਸੀਂ ਤਾਂ ਦੱਸਦੇ ਪਏ ਹਾਂ ਕਿਉਂਕਿ ਦੁਨੀਆ ਦੇ ਲੋਕ ਇਸ ਤੋਂ ਪਰੇ ਹੁੰਦੇ ਪਏ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਢੋਈ ਨਾ ਮਿਲੇ ਕਾਫਰ ਕੁੱਤਾ। ਸ਼ੈਤਾਨ ਹੀ ਬਚਨ ਕੀਤੇ ਸਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ। ਗਿਆਨ ਵੇਲਾ ਕਿਸੇ ਧਾਰਮਿਕ ਵੱਡੇ ਬੰਦੇ ਦੇ ਸਾਹਮਣੇ ਬੈਠ ਕੇ ਇਹੋ ਜਿਹਾ ਕਰੜੇ ਬਚਨ ਕਰਨੇ ਗੁਰੂ ਨਾਨਕ ਸਾਹਿਬ ਹੀ ਕਰ ਸਕਦੇ। ਸੱਚ ਸੁਣਾਈ ਸੀ ਸੱਚ ਕੀ ਵਿਲ। ਕਈ ਵਾਰੀ ਅਸੀਂ ਵੀ ਬੰਦਿਆਂ ਦਾ ਪ੍ਰਭਾਵ ਕਬੂਲ ਜਾਂਦੇ ਹਾਂ, ਤਾਕਤ ਦਾ ਪ੍ਰਭਾਵ ਕਬੂਲ ਜਾਂਦੇ ਵੀ ਇਹ ਬੰਦਾ ਬੜਾ ਧਾਰਮਿਕ ਤੌਰ 'ਤੇ ਵੱਡਾ ਹੈ, ਚਲੋ ਕੀ ਕਹਿਣਾ। ਪਰ ਗੁਰੂ ਨਾਨਕ ਸਾਹਿਬ ਪ੍ਰਭਾਵ ਨਹੀਂ ਕਬੂਲਦੇ ਕਿਸੇ ਦਾ। ਬਹਾਉਦੀਨ ਐਡਾ ਵੱਡਾ ਪੀਰ ਹੈ, ਮਹਾਰਾਜ ਨੇ ਆਖਿਆ ਬਹਾਉਦੀਨ ਪੀਰ ਜੀ ਬਚਨ ਸੁਣੋ। ਰੁਕਨਦੀਨ ਨਾਮ ਦਾ ਪੀਰ ਹੋਇਆ ਮੱਕੇ ਦਾ, ਗੁਰੂ ਨਾਨਕ ਸਾਹਿਬ ਨੂੰ ਮਿਲਿਆ। ਉਹਨੇ ਵੀ ਸਵਾਲ ਕੀਤਾ, ਮਹਾਰਾਜ ਤੁਸੀਂ ਕੇਸ ਕਿਉਂ ਰਖਾਉਂਦੇ ਪਏ? ਪਾਤਸ਼ਾਹ ਕਹਿਣ ਲੱਗੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ। ਬੇਈਮਾਨ ਬੰਦਾ ਰੱਬ ਦੀ ਦਿੱਤੀ ਚੀਜ਼ ਨੂੰ ਭੰਨਦਾ ਹੈ, ਜਿਹਦਾ ਇਮਾਨ ਕੋਈ ਨਾ ਹੋਵੇ। ਦਰਗਹਿ ਢੋਈ ਨਾ ਮਿਲੇ ਕਾਫਰ ਕੁੱਤਾ। ਸ਼ੈਤਾਨ ਉਹ ਕਾਫਰ ਹੈ, ਉਹ ਕੁੱਤੇ ਵਰਗਾ, ਉਹ ਸ਼ੈਤਾਨ ਹੈ ਜਿਸਨੇ ਰੱਬ ਦੇ ਹੁਕਮ ਨੂੰ ਮੰਨਿਆ ਨਹੀਂ। ਦਸਵੇਂ ਪਾਤਸ਼ਾਹ ਨੂੰ ਪੁੱਛਦੇ ਪਏ ਗੁਰੂ ਕੇ ਸਿੱਖ ਮਹਾਰਾਜ ਕੇਸ ਕਿਉਂ ਰਖਾਏ ਨੇ, ਉਹਦਾ ਕਾਰਨ ਕੀ ਹੈ? ਸਤਿਗੁਰੂ ਕਹਿਣ ਲੱਗੇ ਕੇਸ ਰਖਾਉਣ ਦਾ ਪਹਿਲਾ ਕਾਰਨ ਇਹ ਹੈ ਵੀ ਇਹ ਵਿਅਕਤੀ ਰੱਬ ਦੇ ਹੁਕਮ ਨੂੰ ਮੰਨਦਾ ਪਿਆ ਹੈ। ਕੇਸ ਰੱਖਣ ਦੀ ਪਹਿਲੀ ਨਿਸ਼ਾਨੀ ਇਹ ਹੈ, ਪਹਿਲਾ ਗੁਣ ਇਹ ਹੈ ਵੀ ਇਹ ਬੰਦਾ ਰੱਬ ਦੇ ਹੁਕਮ ਨੂੰ ਮੰਨਦਾ ਹੈ। ਜਿਹਨੇ ਕੇਸ ਕਤਲ ਕਰਵਾ ਦਿੱਤੇ ਸਮਝ ਲਓ ਵੀ ਉਹ ਰੱਬ ਦੇ ਹੁਕਮ ਤੋਂ ਬਾਗੀ ਹੋ ਗਿਆ। ਜਿਹੜਾ ਰੱਬ ਦੇ ਹੁਕਮ ਤੋਂ ਬਾਗੀ ਹੋ ਗਿਆ ਉਹ ਰੱਬ ਦੇ ਘਰੇ ਪ੍ਰਵਾਨ ਨਹੀਂ ਹੋਵੇਗਾ, ਉਸਨੂੰ ਮਾਫ਼ੀ ਨਹੀਂ ਮਿਲੇਗੀ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ। ਅੱਗੇ ਕਿਹੜੇ ਕਿਹੜੇ ਬਚਨ ਕੇਸਾਂ ਦੇ ਬਾਬਤ ਅਜੇ ਹੋਰ ਆਉਣਗੇ। ਭਗਵਾਨ ਰਾਮ ਚੰਦਰ ਜੀਆਂ ਨੇ ਕੇਸਾਂ ਬਾਰੇ ਕੀ ਆਖਿਆ ਹੈ, ਬਾਕੀ ਧਾਰਮਿਕ ਗ੍ਰੰਥਾਂ ਵਿੱਚ ਕੀ ਲਿਖਿਆ, ਉਹ ਵੀ ਬਚਨ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ। ਲਿਖਾ ਹੈ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸੰਗਤ, ਕੱਲ੍ਹ ਨੂੰ ਵੀਰਵਾਰ ਦਾ ਦਿਹਾੜਾ ਪ੍ਰਾਪਤ ਹੋ ਰਿਹਾ।